ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਦੀਪ, ਤੁਸੀਂ ਦੇਖ ਰਹੇ ਹੋ ਕਾਂਸ਼ੀ ਟੀਵੀ। ਹਾਜ਼ਰ ਆ ਪ੍ਰੋਗਰਾਮ ਭਗ ਦੇ ਮਸਲੇ ਲੈ ਕੇ। ਸਾਡੇ ਨਾਲ ਗੱਲਬਾਤ ਲਈ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ। ਬਹੁਤ ਬਹੁਤ ਧੰਨਵਾਦ ਗੁਰਦੀਪ ਜੀ। ਪ੍ਰੋਫੈਸਰ ਸਾਹਿਬ, ਆਪਾਂ ਦੇਖਿਆ ਜਦੋਂ ਦੀ ਮੋਦੀ ਸਰਕਾਰ ਆਈ ਹੈ, ਮੋਦੀ ਸਰਕਾਰ ਨੇ ਕਈ ਏਦਾਂ ਦੀਆਂ ਪਾਲਿਸੀਜ਼ ਨਵੀਆਂ ਲੈ ਕੇ ਆਈਆਂ ਨੇ ਜਿਹਦੇ ਲਈ ਕਾਫੀ ਵਿਰੋਧ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਪਾਲਿਸੀਜ਼ ਲਾਗੂ ਕੀਤੀਆਂ ਨੇ। ਆਪਾਂ ਗੱਲ ਕਰਦੇ ਹਾਂ ਦੇਸ਼ ਦੇ ਜਿਹੜੇ ਜਵਾਨ ਨੇ, ਸਰਹੱਦਾਂ ਤੇ ਲੜਦੇ ਨੇ, ਫੌਜੀ ਵੀਰ ਨੇ, ਉਹਨਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਪਿਛਲੇ ਸਾਲ ਪਾਲਿਸੀ ਲੈ ਕੇ ਆਉਂਦੀ ਸੀ ਅਗਨੀਵੀਰ। ਅਗਨੀਵੀਰ ਦਾ ਕਾਫੀ ਵਿਰੋਧ ਹੋਇਆ ਸੀ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਨਤੀਜੇ ਨੇ ਆਪਾਂ ਨੂੰ ਸਾਹਮਣੇ ਦਿਖ ਰਹੇ ਨੇ। ਸਾਡੇ ਪੰਜਾਬ ਤੋਂ ਵੀਰ ਅੰਮ੍ਰਿਤਪਾਲ ਸਿੰਘ ਸੀ ਜਿਹੜਾ ਕਿ ਸ਼ਹੀਦ ਹੋਇਆ ਅਗਨੀਵੀਰ ਸੀ, ਉਹਨਾਂ ਨੂੰ ਸਰਕਾਰ ਵੱਲੋਂ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ। ਉਹਦੇ ਤੇ ਜਿਹੜੇ ਸਾਬਕਾ ਗਵਰਨਰ ਨੇ ਸਤਿਆਪਾਲ ਮਲਿਕ ਜੀ, ਉਹਨਾਂ ਨੇ ਵੀ ਉਹਦੇ ਤੇ ਸਵਾਲ ਉਠਾਏ ਨੇ। ਹੋਰ ਵੀ ਵਿਰੋਧੀ ਧਿਰਾਂ ਜਿਹੜੀਆਂ ਸਵਾਲ ਉਠਾ ਰਹੀਆਂ ਨੇ, ਆਮ ਲੋਕ ਵੀ ਸਵਾਲ ਉਠਾ ਰਹੇ ਨੇ। ਸਾਬਕਾ ਕਈ ਫੌਜੀ ਵੀ ਕਹਿ ਰਹੇ ਨੇ ਕਿ ਪਾਲਿਸੀ ਗਲਤ ਆ ਤੇ ਪਾਲਿਸੀ ਗਲਤ ਹੋਣ ਦੇ ਬਾਵਜੂਦ ਜੋ ਜਿਹੜਾ ਦੇਖਿਆ ਕਿ ਉਸ ਜਿਹੜੇ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ, ਤੇ ਉਹ ਪ੍ਰੋਫੈਸਰ ਸਾਹਿਬ ਉਹਦਾ ਜਿਹੜਾ ਕੀ ਪਾਲਿਸੀ ਆ ਤੇ ਅੱਗੇ ਜਿਵੇਂ ਭਗਵੰਤ ਮਾਨ ਸਰਕਾਰ ਨੇ ਤਾਂ ਕਿਹਾ ਸੀ ਆਪਣੇ ਵੱਲੋਂ ਮੁਆਵਜ਼ਾ ਦੇਵਾਂਗੇ ਤੇ ਉਹਨਾਂ ਨੇ ਦੇ ਵੀ ਦਿੱਤਾ 1 ਕਰੋੜ ਰੁਪਇਆ, ਪ੍ਰੋਫੈਸਰ ਸਾਹਿਬ ਇਹ ਪਾਲਿਸੀ ਦੇ ਵਿੱਚ ਕੀ ਹੋਣਾ ਚਾਹੀਦਾ ਤੇ ਇਹ ਅੱਗੇ ਕੀ ਹੋਵੇਗਾ? ਦੇਖੋ, ਜਿਹੜਾ ਇਹ ਕੇਸ ਆ ਇਹ ਬੜਾ ਦੁਖਦਾਈ ਇਸ ਕਰਕੇ ਆ, ਬੜਾ ਪੇਨਫੁਲ ਆ ਕਿ ਜਦੋਂ ਕੋਈ ਬੱਚਾ ਨੌਜਵਾਨ ਜਾਂਦਾ ਆ, ਮਾਂ ਬਾਪ ਦਾ ਕਿੰਨੇ ਉਹਦੇ ਤੇ ਉਮੀਦਾਂ ਹੁੰਦੀਆਂ, ਕਿੰਨੇ ਇਮੋਸ਼ਨਸ ਹੁੰਦੇ ਆ। ਔਰ ਇਹ ਬੱਚਾ ਜਿਹੜਾ ਇਹ ਗਿਆ, ਇਹਦਾ ਬਚਪਨ ਤੋਂ ਹੀ ਤਵੱਜੋ ਸੀਗੀ ਕਿ ਮੈਂ ਫੌਜ 'ਚ ਭਰਤੀ ਹੋਣਾ, ਅਤੇ ਉਹ ਆਖਰੀ ਉਹਦਾ ਆਖਰ ਵਿੱਚ ਉਹ ਸੁਪਨਾ ਪੂਰਾ ਵੀ ਹੋਇਆ ਕਿ ਉਹ ਭਰਤੀ ਹੋਇਆ। ਇਹਦੇ 'ਚ ਇੱਕ ਆਪਣੇ ਆਪ ਹੀ ਇਸ ਕੇਸ ਦੇ ਵਿੱਚ ਵੀ ਕੁਛ ਨਾ ਬੜੀਆਂ ਉਲਝਣਾਂ ਹੈਗੀਆਂ। ਉਲਝਣਾਂ ਇਸ ਤਰ੍ਹਾਂ ਕਿ ਆਮ ਕਰਕੇ ਜਦੋਂ ਵੀ ਕੋਈ ਸ਼ਹੀਦ ਹੁੰਦਾ ਫੌਜੀ, ਅਤੇ ਉਹਨਾਂ ਨੂੰ ਬਕਾਇਦਾ ਇਹ ਫੌਜ ਦੀ ਟੁਕੜੀ ਆਪਣੇ ਆਉਂਦੇ ਆ, ਜਿੰਨੇ ਵੀ ਬੰਦੇ ਉਹਨੂੰ ਸਰਕਾਰੀ ਸਨਮਾਨਾਂ ਨਾਲ ਉੱਥੇ ਦੇਹ ਨੂੰ ਵਾਪਸ ਕੀਤਾ ਜਾਂਦਾ, ਉੱਥੇ ਸਲੂਟ ਦਿੱਤਾ ਜਾਂਦਾ, ਸਾਰਾ ਸਰਕਾਰੀ ਅਦਬ ਮਾਣ ਸਨਮਾਨ ਹੁੰਦਾ। ਇਹ ਇਸ ਕੇਸ 'ਚ ਅੰਮ੍ਰਿਤਪਾਲ ਜਿਹੜੇ ਅਗਨੀਵੀਰ ਸੀਗਾ, ਉਹਦੇ ਕੇਸ 'ਚ ਇਹ ਨਹੀਂ ਹੋਇਆ। ਇੱਕ ਪ੍ਰਾਈਵੇਟ ਵੈਨ ਐਂਬੂਲੈਂਸ ਹੈ ਜਿਹ 'ਚ ਦੋ ਫੌਜੀ ਆਉਂਦੇ ਆ, ਉਹਦੀ ਬਾਡੀ ਨੂੰ ਹੈਂਡਓਵਰ ਕਰਕੇ ਅਤੇ ਚਲੇ ਜਾਂਦੇ ਆ। ਇਸ ਗੱਲ ਦੀ ਜਿਹੜੀ ਚਰਚਾ ਜਾਂ ਤੁਸੀਂ ਕਹਿ ਲਓ ਪਰਸਨਾਂ, ਉਹ ਜਿਹੜੇ ਉੱਥੇ ਐਕਸ ਸਰਵਿਸਮੈਨ ਸੀ ਜਾਂ ਹੋਰ ਲੋਕਾਂ 'ਚ ਜਦੋਂ ਗੱਲ ਹੋਈ ਕਿ ਇਹ ਤਾਂ ਐਂ ਜਿਵੇਂ ਕਿਸੇ ਦੀ ਕੋਈ ਗੱਲ ਦੀ ਇੱਜ਼ਤ ਮਾਣ ਦੇ ਨਾਲ ਬਾਡੀ ਦਾ ਹੈਂਡਓਵਰ ਨਹੀਂ ਹੋਇਆ, ਅਤੇ ਇਸ ਦੀ ਵਿਰੋਧਤਾ ਹੋਈ, ਰੋਸ ਹੋਇਆ। ਉਦੋਂ ਰੋਸ ਤੋਂ ਬਾਅਦ ਆਰਮੀ ਵੱਲੋਂ ਖਬਰ ਇਹ ਪਹੁੰਚਦੀ ਹੈ ਕਿ ਦੇਖੋ ਜੀ, ਇਹ ਤਾਂ ਆਪਣੀ ਹੀ ਗੋਲੀ ਦੇ ਨਾਲ ਸ਼ਹੀਦ ਹੋਇਆ, ਅਤੇ ਕਿਉਂਕਿ ਆਪਣੀ ਹੀ ਗੋਲੀ ਨਾਲ ਸ਼ਹੀਦ ਹੋਇਆ, ਅਸੀਂ ਇਸ ਨੂੰ ਸ਼ਹੀਦ ਨਹੀਂ ਮੰਨਦੇ, ਅਤੇ ਇਸ ਕਰਕੇ ਅਸੀਂ ਕੋਈ ਸਲੂਟ ਦੇਣ ਦਾ ਰਿਵਾਜ਼ ਨਹੀਂ ਹੈ, ਅਸੀਂ ਬਾਡੀ ਨੂੰ ਹੈਂਡਓਵਰ ਕਰਕੇ ਜੋ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਹੈ। ਅਗਲੇ ਦਿਨ ਫਿਰ ਇਹ ਖਬਰ ਹੋਰ, ਜਾਣੀ ਅੱਗੇ ਨਾਲੋਂ ਵੀ ਐਡਵਰਸ ਆ ਜਾਂਦੀ, ਉਹ ਖਬਰ ਇਹ ਆਉਂਦੀ ਹੈ ਕਿ ਉਸ ਨੇ ਆਤਮ ਹੱਤਿਆ ਕੀਤੀ ਹੈ। ਇਸ ਕਰਕੇ ਇਹ ਹੋਰ ਵੀ ਮਾੜੀ ਗੱਲ ਹੈ, ਇਸ ਲਈ ਅਸੀਂ ਕੋਈ ਇਹੋ ਜਿਹਾ ਨਹੀਂ ਕਰ ਸਕਦੇ, ਫੌਜ ਵੱਲੋਂ ਇਹ ਗੱਲ ਦਾ ਸਫਾਈ ਆਈ ਹੈ। ਸਵਾਲ ਇਹਦੇ 'ਤੇ ਸਭ ਤੋਂ ਵੱਡਾ ਇਹ ਹੈ ਕਿ ਫੌਜੀ ਤਾਂ ਫੌਜੀ ਹੈ, ਉਹ 3 ਸਾਲਾਂ ਲਈ ਹੈ ਜਾਂ 30 ਸਾਲਾਂ ਲਈ ਹੈ ਜਾਂ 15 ਸਾਲਾਂ ਲਈ, ਉਹ ਵੀ ਉਸੇ ਤਰੀਕੇ ਦੇ ਨਾਲ ਹੀ ਦੇਸ਼ ਦੀ ਸੇਵਾ ਕਰਨ ਗਿਆ ਜਿਵੇਂ ਬਾਕੀ ਦੇ ਜਾਂਦੇ ਆ, ਅਤੇ ਫਿਰ ਉਸਨੂੰ ਇਹ ਸਨਮਾਨ ਫੌਜ ਵਾਲਾ ਕਿਉਂ ਨਹੀਂ? ਪਹਿਲੀ ਗੱਲ ਤਾਂ ਇਹ ਆ। ਇਸ ਕੇਸ ਦੇ ਵਿੱਚ ਜੇ ਇਹ ਗੱਲ ਇਸੇ ਤਰੀਕੇ ਨਾਲ ਸੀ, ਤਾਂ ਜੋ ਬੰਦੇ ਹੈਂਡਓਵਰ ਕਰਕੇ ਗਏ ਆ ਬਾਡੀ ਨੂੰ, ਕਿਉਂ ਨਹੀਂ ਉਹਨਾਂ ਦੇ ਮਾਂ ਬਾਪ ਦੇ ਨਾਲ ਬੈਠ ਕੇ ਉਹਨਾਂ ਨੂੰ ਕੌਨਫੀਡੈਂਸ 'ਚ ਲੈ ਕੇ ਉਹਨਾਂ ਨੂੰ ਸਾਰੀ ਗੱਲ ਨੂੰ ਇੱਕ ਬੜੇ ਵਧੀਆ ਢੰਗ ਦੇ ਨਾਲ ਉੱਥੇ ਉਹਨਾਂ ਨੂੰ ਦੱਸ ਕੇ ਕਿਉਂ ਨਹੀਂ ਗਏ? ਇਹ ਤਾਂ ਉੱਦਣ ਸਾਰਾ ਨਵੀਂ ਗੱਲ ਸ਼ੁਰੂ ਹੋ ਗਈ, ਇੱਕ ਤੋਂ ਬਾਅਦ ਦੂਸਰੀ ਪਰਤ ਆਉਣੀ ਸ਼ੁਰੂ ਹੋ ਗਈ, ਸਟੇਟਮੈਂਟ ਆਉਣੀ ਸ਼ੁਰੂ ਹੋ ਗਈ, ਜਦੋਂ ਲੋਕਾਂ ਦਾ ਰੋਸ ਤੇ ਵਿਰੋਧ ਹੋਇਆ। ਹੁਣ ਕੀ ਇਹ ਫੌਜ ਪਹਿਲਾਂ ਇਸ ਗੱਲ 'ਤੇ ਪਰਦਾ ਪਾਉਣਾ ਚਾਹੁੰਦੀ ਸੀ? ਕੀ ਪਹਿਲੀ ਗੱਲ ਠੀਕ ਸੀ ਜਾਂ ਹੁਣ ਵਾਲੀ ਗੱਲ ਠੀਕ ਹੈ? ਹੁਣ ਵਾਲੀ ਗੱਲ 'ਚੋਂ ਕਿਹੜੀ ਗੱਲ ਠੀਕ ਹੈ? ਇਹ ਕਾਫੀ ਇਹਦੇ ਵਿੱਚ ਕਿੰਤੂ ਪਰੰਤੂ ਹੈ। ਇਹਦੇ ਨਾਲ ਜਿਹੜੀ ਲੋਕਾਂ ਦੇ ਵਿੱਚ ਫੌਜ ਪ੍ਰਤੀ ਪਰਤ ਅਤੇ ਭਰੋਸਾ ਬਣਿਆ, ਉਹਨੂੰ ਠੇਸ ਲੱਗਦੀ ਹੈ। ਇਸ ਬਾਰੇ ਇਹ ਕਾਫੀ ਇਸ ਗੱਲ ਨੂੰ ਜਿਸ ਤਰੀਕੇ ਨਾਲ ਜਿਹਦੇ ਆਪਾਂ ਠੰਡ ਠੰਡੌਲਾ ਕਰਨਾ, ਸੱਚੀ ਮੁੱਚੀ ਲੋਕਾਂ 'ਚ ਜਿਹੜੀ ਇੱਕ ਬੇਵਿਸ਼ਵਾਸੀ ਆ ਉਸਨੂੰ ਦੁਬਾਰਾ ਵਿਸ਼ਵਾਸ ਵਿੱਚ ਬਦਲਣਾ ਆ, ਤਾਂ ਇਹਦੀ ਤਹਿਕੀਕਾਤ, ਪੁਖਤਾ ਰਿਪੋਰਟ ਅਤੇ ਪੁਖਤਾ ਕਲੈਰੀਫਿਕੇਸ਼ਨ ਜਿਹੜੀ ਆ ਉਹ ਭਾਵੇਂ ਪ੍ਰੈਸ ਕਾਨਫਰੰਸ ਕਰਕੇ ਕੀਤੀ ਜਾਵੇ ਫੌਜ ਵੱਲੋਂ ਆਪਣੇ ਜਾਂ ਮਿਨਿਸਟਰੀ ਆਫ ਜਿਹੜੀ ਡਿਫੈਂਸ ਆ ਉਹਦੇ ਵੱਲੋਂ ਕੀਤਾ ਜਾਏ। ਇਹਦੇ ਬਾਰੇ ਘੱਟੋ ਘੱਟ ਪੰਜਾਬ ਦੇ ਜਿੰਨਾ ਵੀ ਲੋਕਾਂ ਦਾ, ਇੱਕ ਨੌਜਵਾਨ ਜਾਂਦਾ, ਮਾਂ ਬਾਪ ਦਾ ਜਾਂਦਾ, ਪੰਜਾਬੀਆਂ ਦਾ ਨੌਜਵਾਨ ਮੁੰਡਾ ਚਲੇ ਜਾਂਦਾ ਹੱਥੋਂ,
ਤਾਂ ਉਸ ਦਾ ਜਿਹੜਾ ਦੁੱਖ ਹੈ ਜਾਂ ਉਹਨਾਂ ਦੀ ਉਹ ਇਸ ਕਿਸਮ ਦੀ ਸ਼ਸ਼ੋਪੰਜ ਬਣ ਜਾਣਾ ਮਨ ਵਿੱਚ, ਇਹ ਕਾਫੀ ਘਾਤਕ ਆ। ਆਉਣ ਵਾਲੇ ਸਮੇਂ ਵਿੱਚ ਵੀ ਲੋਕ ਸੋਚਣ ਲਈ ਮਜਬੂਰ ਹੋਣਗੇ ਕਿ ਕੀ ਇਸ ਤਰੀਕੇ ਦੇ ਨਾਲ ਉੱਥੇ ਕੁਛ ਹੋ ਸਕਦਾ ਕਿ ਬਿਨਾਂ ਕਿਸੇ ਗੱਲ ਤੋਂ ਤੁਸੀਂ ਜਿਹੜੀ ਇੱਕ ਲਾਸ਼ ਨੂੰ ਬੜੇ ਕੈਜੂਅਲ ਢੰਗ ਦੇ ਨਾਲ ਸਪੁਰਦ ਕਰ ਗਏ ਆ ਉਹਨਾਂ ਦੇ ਮਾਂ ਬਾਪ ਦੇ। ਦੂਸਰੀ ਗੱਲ ਜਿਹੜੀ ਤੁਸੀਂ ਆ ਉਹ ਵੀ ਇੱਕ ਇੰਪੋਰਟੈਂਟ ਗੱਲ ਹੈ। ਉਹ ਜਦੋਂ ਲੋਕ ਵਿਰੋਧ ਕਰ ਰਹੇ ਸੀ ਇਸ ਪਾਲਿਸੀ ਦਾ, ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ ਕਿ 3 ਸਾਲ ਦੀ ਟ੍ਰੇਨਿੰਗ ਤੋਂ ਬਾਅਦ ਉਹ ਘਰੇ ਆ ਜਾਣਗੇ, ਕੋਈ ਪੈਨਸ਼ਨ ਨਹੀਂ, ਕੋਈ ਕੁਛ ਨਹੀਂ, ਤੇ ਇਹਦਾ ਮਤਲਬ ਕੀ ਬਣਦਾ? ਸਾਨੂੰ ਚਿੰਤਾ ਇਹ ਹੈ ਕਿ ਜੇ, ਕਿਉਂਕਿ ਦੇਖੋ ਇਹ ਹਿੰਦੂ ਮੈਜੋਰਿਟੀ ਸਟੇਟ ਹੈ, ਦੇਸ਼ ਦੇ ਵਿੱਚ ਮਾਹੌਲ ਜਿਹੋ ਜਿਹਾ ਅਲੱਗ ਅਲੱਗ ਧਾਰਮਿਕ ਕੱਟੜਪੰਥੀਆਂ ਦਾ ਬਣਿਆ ਰਹਿੰਦਾ, ਕਦੀ ਕਿਸੇ ਦਾ ਕਦੀ ਕਿਸੇ ਦਾ, ਜ਼ਿਆਦਾ ਗੌਰਖਸ਼ੇਖ ਬਜਰੰਗ ਦਲ ਇਸ ਕਿਸਮ ਦੇ ਹਿੰਦੂ ਜਿਹੜੇ ਫੰਡਾਮੈਂਟਲਿਸਟ ਹੈਗੇ ਉਹ ਜ਼ਿਆਦਾ, ਕਿਉਂਕਿ ਉਹਨਾਂ ਦਾ ਇਸ ਵੇਲੇ ਜਿਹੜੀ ਸਰਕਾਰ ਆ ਉਹ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਸਪੋਰਟ ਕਰਦੀ, ਉਸ ਕਿਸਮ ਦੀ ਹਾਂ ਸ਼ੈਲਟਰ ਮਿਲ ਜਾਂਦੀ ਹੈ, ਕਿਉਂਕਿ ਕੇਸ ਨਹੀਂ ਬਣਦੇ ਉਹਨਾਂ ਦੇ ਉੱਤੇ, ਉਹੋ ਜਿਹੇ ਵੱਡੇ ਵੱਡੇ ਕੇਸ ਨਹੀਂ ਬਣਦੇ, UAP ਦਾ ਕੇਸ ਨਹੀਂ ਬਣਦਾ, ਹੋਰ ਕੋਈ NIA ਦੀ ਕੋਈ ਇਨਕੁਆਇਰੀ ਨਹੀਂ ਹੁੰਦੀ। ਇਸ ਤਰੀਕੇ ਦਾ ਜਦੋਂ ਨਹੀਂ ਹੁੰਦਾ ਤਾਂ ਇਹਦਾ ਮਤਲਬ ਇਹ ਹੈ ਕਿ ਸਰਕਾਰ ਕਿਤੇ ਨਾ ਕਿਤੇ ਉਹਨਾਂ ਨੂੰ ਸ਼ੈਲਟਰ ਦੇ ਰਹੀ ਹੈ ਇਨਡਾਇਰੈਕਟਲੀ, ਸਿੱਧਾ ਭਾਵੇਂ ਨਾ ਵੀ ਹੋਵੇ, ਬਾਈ ਇੰਪਲੀਕੇਸ਼ਨ ਉਹ ਸ਼ੈਲਟਰ ਮਹਿਸੂਸ ਕਰਦੇ ਜਦੋਂ ਉਹਨਾਂ 'ਤੇ ਕੋਈ ਕੇਸ ਹੋ ਜੇ। ਦੂਜਿਆਂ ਵਾਂਗੂ ਜਦੋਂ ਦੂਜੇ ਕੁਛ ਕਰਦੇ ਉਹ ਹੀ ਕੰਮ ਕਰਦੇ ਤਾਂ ਉਹਨਾਂ 'ਤੇ ਬੜੇ ਸਖ਼ਤ ਕਾਨੂੰਨ ਲਾਗੂ ਹੁੰਦੇ। ਸਾਨੂੰ ਜਿਹੜੇ ਆਮ ਸਿਟੀਜ਼ਨ ਆ ਜਾਂ ਘੱਟ ਗਿਣਤੀਆਂ ਵਾਲੇ ਬੰਦੇ ਹੋਈਏ ਜਾਂ ਵੈਸੇ ਹੀ ਪੰਜਾਬੀ ਜਿਹੜੇ ਅਮਨ ਪਸੰਦ ਲੋਕ ਆ, ਜਿਹੜੇ ਇਨਸਾਫ ਪਸੰਦ ਲੋਕ ਆ, ਸ਼ਾਂਤੀ ਚਾਹੁੰਦੇ, ਭਾਈਚਾਰਾ ਚਾਹੁੰਦੇ, ਸਾਡੀ ਚਿੰਤਾ ਕੀ ਹੈ? ਸਾਡੀ ਚਿੰਤਾ ਇਹ ਹੈ ਕਿ ਜੇ 3-3 ਸਾਲ ਬਾਅਦ ਬੰਦੂਕਾਂ ਚਲਾਉਣੀਆਂ ਸਾਰਾ ਕੁਛ ਉਹ ਕਰਦਿਆਂ ਇਹ ਕੁਦਰਤੀ ਆ ਮੈਜੋਰਿਟੀ ਲੋਕ ਤੇ ਹਿੰਦੂ ਮੈਜੋਰਿਟੀ ਟ੍ਰੇਨਡ ਹੋ ਗਏ ਆਉਣਗੇ, ਯੰਗ ਮੁੰਡੇ ਆਉਣਗੇ, ਗਾਂ ਕੰਮ ਨਹੀਂ ਮਿਲੂਗਾ, ਫਿਰ ਉਹ ਕੀ ਕਰਨਗੇ, ਕਿੱਥੇ ਜਾਣਗੇ, ਕਿਹੜੇ ਕੀ ਉਹ ਖਾੜਕੂਆਂ ਦੇ ਨਾਲ ਰਲ ਜਾਣਗੇ, ਕੀ ਉਹ ਆਤੰਕੀਆਂ ਨਾਲ ਰਲ ਜਾਣਗੇ, ਕੀ ਉਹ ਗੈਂਗਸਟਰਾਂ ਨਾਲ ਰਲਣ ਦੀ ਕੋਸ਼ਿਸ਼ ਕਰਨਗੇ? ਕੋਈ ਉਹਨਾਂ ਦਾ ਕੋਈ ਭਵਿੱਖ ਤੇ 3 ਸਾਲਾਂ ਦੇ ਨਾਲ ਬਣਨਾ ਨਹੀਂ, ਪੈਨਸ਼ਨ ਕੋਈ ਹੈ ਨਹੀਂ, ਇੱਕ ਟ੍ਰੇਨਿੰਗ ਉਹਨਾਂ ਦੀ ਜ਼ਰੂਰ ਹੋ ਜੂ, ਕੀ ਇਹ ਵੀ ਚਿੰਤਾ ਹੈ ਸਾਡੀ ਕਿ RSS ਉਹਨਾਂ ਨੂੰ ਮੁੜ ਕੇ ਭਰਤੀ ਕਰੂਗੀ, ਜਾਂ ਕੱਲ੍ਹ ਨੂੰ ਕੋਈ ਇਹੋ ਜਿਹੀ ਸਿਵਲ ਮਤਲਬ ਇਨਫੋਰਮਲ ਜਿਹਦੀ ਕੋਈ ਅਕਾਊਂਟੇਬਿਲਟੀ ਨਹੀਂ, ਕੋਈ ਅੰਡਰਗਰਾਊਂਡ ਫੌਜ ਤੇ ਨਹੀਂ ਤਿਆਰ ਹੋ ਜੂਗੀ? ਜਿਵੇਂ RSS ਵੀ ਲਾਠੀਆਂ ਲੈ ਕੇ ਆਪਣੀਆਂ ਸਾਰੀਆਂ ਤਿਆਰੀਆਂ ਤੇ ਉਹ ਕਰਦੇ ਹੀ ਆ, ਸ਼ਸਤਰ ਪੂਜਾ ਕਰਦੇ ਹੀ ਹੈ, ਇਸ ਤਰੀਕੇ ਨਾਲ ਦੂਜੇ ਲੋਕ ਵੀ ਉਸਨੂੰ ਵੇਖ ਕੇ ਮਤਲਬ ਗਰੀਸ ਹੋ ਰਹੀ ਸੀ। ਜੋ ਅੱਜ ਹੋ ਰਿਹਾ ਆ ਪੈਲਸਟੀਨ ਦੇ ਵਿੱਚ, ਫਲਸਤੀਨੀ ਏਰੀਏ ਦੇ ਵਿੱਚ ਜਾਂ ਇਜ਼ਰਾਈਲ ਦੇ ਵਿੱਚ, ਉਹ ਇਹ ਹੀ ਲੜਾਈਆਂ ਆ ਨਾ, ਜਦੋਂ ਜਿਹੜੀ ਕੌਮੀਅਤ ਦੀਆਂ ਲੜਾਈਆਂ ਕਿ ਮੇਰਾ ਦੇਸ਼ ਮੇਰੀ ਗੱਲ ਮੇਰੇ ਤੇ ਅੰਜ, ਅਤੇ ਉਹ ਲੜਾਈਆਂ ਫਿਰ ਸਦੀਆਂ ਤੱਕ ਚੱਲਦੀਆਂ। ਕਿਤੇ ਅਸੀਂ ਆਪਣੇ ਦੇਸ਼ ਦੇ ਅੰਦਰ ਇਹੋ ਜਿਹੇ ਮਾਹੌਲ ਨੂੰ, ਕੋਈ ਇਹੋ ਜਿਹੀਆਂ ਕਾਰਵਾਈਆਂ ਜਿਹੜੀ ਕੈਜੂਅਲ ਫੌਜ ਦੀ ਟ੍ਰੇਨਿੰਗ ਦੇ ਕੇ ਖੁੱਲ੍ਹੇ ਛੱਡ ਦੇਣਾ, ਅਸੀਂ ਉਸ ਦੀ ਕੋਈ ਆਧਾਰ ਹੋਰ ਮੋਕਲਾ ਤਾਂ ਨਹੀਂ ਕਰ ਦਿਆਂਗੇ ਜੀ। ਪ੍ਰੋਫੈਸਰ ਇਸ ਦੇ ਨਾਲ ਹੀ ਆਪਾਂ ਗੱਲ ਕਰੀਏ ਕਿ ਜਿਹੜੇ ਤੁਸੀਂ ਗੱਲ ਕਰ ਰਹੇ ਕਿਉਂਕਿ ਦੇਸ਼ ਦੇ ਵਿੱਚ ਕਈ ਵਾਰ ਅਹੀਆਂ ਬਜਰੰਗ ਦਲ ਚੱਲ ਰਹੀ ਆ ਜਾਂ ਫਿਰ ਹੋਰ ਵੀ ਕਈ ਇਹੋ ਜਿਹੀਆਂ ਜਿਹੜੀਆਂ ਔਰਗਨਾਈਜੇਸ਼ਨ ਚੱਲ ਰਹੀਆਂ ਨੇ, ਦੂਜੇ ਪਾਸੇ ਇਹੋ ਜਿਹੀਆਂ ਔਰਗਨਾਈਜੇਸ਼ਨਾਂ ਬਾਰੇ ਇੱਕ ਮੋਹਨ ਭਗਵਤ ਦਾ ਬਿਆਨ ਆਇਆ ਕਿ ਉਹ ਇਹਨਾਂ ਔਰਗਨਾਈਜੇਸ਼ਨਾਂ ਬਾਰੇ ਆ ਜਾਂ ਫਿਰ ਉਹ ਔਰਗਨਾਈਜੇਸ਼ਨਾਂ ਬਾਰੇ ਆ ਜਿਹੜੀਆਂ ਕਿ ਹਿੰਦੂ ਰਾਸ਼ਟਰ ਦੇ ਜਿਹੜੇ ਉਹਨਾਂ ਨੂੰ ਖਤਰਾ ਲੱਗ ਰਿਹਾ। ਮੋਹਨ ਭਗਵਤ ਦਾ ਬਿਆਨ ਆਇਆ ਕਿ ਵੀ ਦੇਸ਼ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਜਥੇਬੰਦੀਆਂ ਨੇ ਦੇਸ਼ ਨੂੰ ਤੋੜ ਰਹੀਆਂ ਨੇ ਉਹ ਦੇਸ਼ ਲਈ ਦੇ ਭਵਿੱਖ ਲਈ ਖਤਰਾ। ਦੇਖੋ ਇਹ ਬੜਾ ਅਜੀਬ ਬਿਆਨ ਹੈ, ਤੁਸੀਂ ਟੋਟਲ ਜਿਹੜਾ ਕਾਊਂਟ ਕਰ ਲਓ ਕਿ ਦੇਸ਼ ਦੇ ਵਿੱਚ ਖਤਰਾ ਕਿਹਦੇ ਤੋਂ, ਕੀ ਦੇਸ਼ ਦੇ ਵਿੱਚ ਮੁਸਲਮਾਨਾਂ ਤੋਂ ਖਤਰਾ, ਕੀ ਸਿੱਖਾਂ ਤੋਂ ਖਤਰਾ, ਕੀ ਈਸਾਈਆਂ ਤੋਂ ਖਤਰਾ, ਮਣੀਪੁਰ ਤੁਹਾਡੇ ਸਾਹਮਣੇ ਆ ਉਹ ਕਿਹਦੇ ਤੋਂ ਖਤਰਾ ਹੈ? ਤੁਸੀਂ ਕਦੀ ਕਹਿ ਦਿੰਦੇ ਆ ਜੇ ਇੱਥੇ ਪੰਜਾਬ 'ਚ ਗੱਲ ਹੁੰਦੀ ਆ ਜੀ ਪਾਕਿਸਤਾਨ ਆ, ਜੇ ਮਣੀਪੁਰ 'ਚ ਹੋ ਜਾਂਦੀ ਆ ਜੀ ਮਿਆਂਮਾਰ ਆ, ਫਿਰ ਆਪਾਂ ਕੀ ਕਰਦੇ ਹਾਂ ਇੱਥੇ? ਜੇ ਏਡੇ ਸਾਡੇ ਨਾਲੋਂ ਮਿਲਟਰੀ ਦੇ ਵਿੱਚ ਵੀ ਅਤੇ ਆਰਥਿਕ ਤੌਰ 'ਤੇ ਵੀ ਕਮਜ਼ੋਰ ਦੇਸ਼ ਜਿਹੜੇ ਆ ਉਹ ਤੁਹਾਡੇ ਇੱਥੇ ਕੋਈ ਨਾ ਕੋਈ ਪੰਗਾ ਖੜਾ ਕਰ ਸਕਦੇ, ਫਿਰ ਆਪਾਂ ਕੀ ਕਰਦੇ ਹਾਂ? ਅਸੀਂ ਐਡਾ ਵੱਡਾ ਦੇਸ਼, ਮਹਾਨ ਦੇਸ਼, ਵੱਡੀ ਡੈਮੋਕ੍ਰੇਸੀ ਅਤੇ ਵੱਡੀਆਂ ਵੱਡੀਆਂ ਟਾਰਾਂ ਮਾਰਨ ਵਾਲੇ, ਕੀ ਅਸੀਂ ਫਿਰ ਇਸੇ ਤਰੀਕੇ ਨਾਲ ਹੀ ਉਹਨਾਂ ਦੂਸਰਿਆਂ ਦੇਸ਼ਾਂ ਨੂੰ ਆਪਣੇ ਦੇਸ਼ ਦੇ ਅੰਦਰ ਇਹੋ ਜਿਹੀਆਂ ਕੁਝ ਕਾਰਨਾਮੇ ਕਰਨ ਦੀ ਇਜਾਜ਼ਤ ਦਿੰਦੇ ਰਹਾਂਗੇ ਜਾਂ ਸਾਡੀ ਰਾਜਨੀਤਿਕ ਸਥਿਰਤਾ ਨੂੰ ਅਸਥਿਰ ਕਰਨ ਦੀ ਇਜਾਜ਼ਤ ਦਿੰਦੇ ਰਹਾਂਗੇ? ਇਸ ਲਈ ਇਹ ਗੱਲਾਂ ਕਹਿਣੀਆਂ ਬੜੀਆਂ ਸੌਖੀਆਂ। ਹੁਣ ਉਹ ਕਹਿੰਦੇ ਹੁੰਦੇ ਨਾ ਵੀ ਕਹਿਣਾ ਧੀ ਨੂੰ, ਸਮਝਾਉਣਾ ਨੂੰਹ ਨੂੰ, ਹੁਣ ਉਹ ਕਹਿ ਤੇ ਭਾਵੇਂ ਉਹ ਆਪਣਿਆਂ ਨੂੰ ਹੀ ਰਹੇ ਹੋਣ ਵੀ ਇੰਝ ਆ ਜੀ ਇੰਝ ਆ ਇੰਝ ਨਹੀਂ ਕਰਨਾ ਚਾਹੀਦਾ, ਪਰ ਉਹਦਾ ਜਿਹੜਾ ਮੈਸੇਜ ਆ ਉਹ ਘੱਟ ਗਿਣਤੀਆਂ ਲਈ ਹੀ ਹੈ ਕਿ ਜਿਵੇਂ ਕਿ ਉਹ ਕਿਸੇ ਜਿਸ ਤਰ੍ਹਾਂ ਸੀ ਤੁਹਾਡੇ ਸਾਹਮਣੇ ਆ ਨਾ CAA ਜਦੋਂ ਆਇਆ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਉਹ ਕਿਹਨੂੰ ਪ੍ਰੋਟੈਕਟ ਕਰਦਾ ਸੀ, ਕਿਹਨੂੰ ਖੁੱਲ੍ਹਾ ਛੱਡਦਾ, ਤੁਹਾਡੇ ਸਾਹਮਣੇ ਆ। ਇਸ ਲਈ ਜਦੋਂ ਇਹੋ ਜਿਹੀਆਂ ਗੱਲਾਂ ਲਗਾਤਾਰ ਹੁੰਦੀਆਂ ਆ ਕੁਛ ਫਿਰਕਿਆਂ ਦੇ ਵਿਰੁੱਧ,
ਤਾਂ ਜਿਹੜੇ ਬੰਦੇ ਕਰ ਰਿਹਾ ਉਹਨਾਂ ਨੂੰ ਸਮਝਾਉਣ, ਉਹ ਤਾਂ ਤੁਹਾਡੇ ਹੀ ਕੁਣਬੇ ਦੇ ਮੁਣ ਭਗਵਤ ਦੇ ਕੁਣਬੇ ਦੇ ਹੀ ਬੰਦੇ, ਉਹਨਾਂ ਦੀਆਂ ਸ਼ਾਖਾਵਾਂ ਆ RSS ਦੀਆਂ ਅਲੱਗ ਅਲੱਗ, ਆ ਜਿਹਨਾਂ ਦਾ ਤੁਸੀਂ ਨਾਂ ਲੈਂਦੇ ਆ, ਕਦੀ ਗਊ ਰਕਸ਼ ਆ, ਕਦੀ ਬਜਰੰਗ ਦਲ ਆ, ਕਦੀ ਹੋਰ ਕਈ ਦਲ ਆ ਉਹਨਾਂ ਦੇ, ਮਤਲਬ ਦਰਜਣਾ ਆ ਉਹਨਾਂ ਦਾ ਜੇ ਨਾਂ ਲੈਣ ਲੱਗੋ ਤੇ, ਉਹ ਸਾਰੇ ਫੁੱਲ ਪਬਲਿਕ ਵਿਊ 'ਚ ਸਾਰਾ ਕੁਝ ਕਰਦੇ ਆ। ਕਦੀ ਉਹ ਧਾਰਮਿਕ ਪਾਰਲੀਮੈਂਟ ਦੇ ਨਾਂ ਦੇ ਉੱਤੇ ਕਰਦੇ ਆ ਜੀ, ਇੱਥੇ ਅਸੀਂ ਉਹ ਕੀਤੀ ਹੈ, ਇਹ ਸਾਰਾ ਕੁਝ ਤੁਹਾਡੇ ਸਾਹਮਣੇ ਜਦੋਂ ਹੁੰਦਾ ਤੇ ਕੁਛ ਐਂ ਐਲਾਨ ਕੀਤੇ ਜਾਂਦੇ ਆ ਕਿ ਲੱਖਾਂ ਮੁਸਲਮਾਨ ਜਿਹੜੇ ਆ ਮਾਰਨ ਦੀ ਲੋੜ ਆ ਗਈ, ਸਪੀਕਰ ਲਾ ਲਾ ਕੇ ਉੱਚੀ ਉੱਚੀ ਡੀਜੇ ਚਲਾਉਂਦੇ। ਮੈਂ ਕਹਿੰਦਾ ਜਦੋਂ ਇਹ ਗੱਲਾਂ, ਜੇ ਦੇਸ਼ ਨੂੰ ਤੋੜਨ ਦੀ ਗੱਲ ਆ, ਜਦੋਂ ਸਾਊਥ ਦੇ ਵਿੱਚ ਇਹ ਐਲਾਨ ਹੁੰਦਾ ਆ ਇਹ ਜਿਹੜੇ ਕੱਟੜਪੰਥੀਆਂ ਵੱਲੋਂ, ਜਿਹੜੇ ਹਿੰਦੂ ਕੱਟੜਪੰਥੀ ਆ, ਮੈਂ ਸਾਰੇ ਹਿੰਦੂਆਂ ਨੂੰ ਨਹੀਂ ਇਹ ਸਮਝਣਾ ਚਾਹੀਦਾ, ਬਹੁਤ ਸਾਰੇ ਚੰਗੇ ਹਿੰਦੂ ਸਾਡੇ ਭਰਾ ਹੈਗੇ ਆ, ਪਰ ਇਹਦੇ ਥੋੜੇ ਥੋੜੇ ਬੰਦੇ ਜਿਹੜੇ ਅੱਗ ਲਾਉਣ ਵਾਲੇ ਬੰਦੇ ਉਹਨਾਂ ਦੀ ਗੱਲ ਕਰ ਰਹੇ ਹਾਂ ਅਸੀਂ। ਹਿੰਦੂ ਜਿਹੜੇ ਕੱਟੜਪੰਥੀ ਆ ਉਹ ਜਦੋਂ ਇਹ ਗੱਲ ਕਰਦੇ ਆ ਕਿ ਮੰਦਿਰ ਦੇ ਬਾਹਰ ਕਈ ਤੁਸੀਂ ਮੁਸਲਮਾਨਾਂ ਦੀਆਂ ਦੁਕਾਨਾਂ ਤੋਂ ਵੀ ਸਮਾਨ ਖਰੀਦਣਾ, ਕੌਣ ਕੌਣ ਦੇਸ਼ ਨੂੰ ਤੋੜਨ ਦੀ ਗੱਲ ਕਰਦਾ? ਜਦੋਂ ਆ ਜਿਹੜਾ ਹੁਣ ਤੁਹਾਡੇ ਹੀ ਪ੍ਰਧਾਨ ਮੰਤਰੀ ਗੱਲ ਕਰਕੇ ਆਏ ਆ ਰਾਜਸਥਾਨ ਦੇ ਵਿੱਚ, ਉਹ ਜਿਹੜਾ ਹਿੰਦੂ ਟੇਲਰ ਮੁਸਲਮਾਨਾਂ ਵੱਲੋਂ ਮਾਰਿਆ ਗਿਆ ਸੀ ਕਿਉਂਕਿ ਉਸਨੇ ਕੁਝ ਮੈਸੇਜ ਪ੍ਰੋਫਿਟ ਬਾਰੇ ਪਾਇਆ ਸੀ, ਤੇ ਉਹਨਾਂ ਨੇ ਗੁੱਸੇ 'ਚ ਆ ਕੇ ਉਹਦੀ ਉਹਨੂੰ ਉੱਥੇ ਇਲੈਕਸ਼ਨ ਦਾ ਮੁੱਦਾ ਬਣਾਉਣ ਲਈ ਕਿਹੜੇ ਕਿਹੜੇ ਪ੍ਰਧਾਨ ਮੰਤਰੀ ਗੱਲ ਕਰ ਰਿਹਾ? ਨਰਿੰਦਰ ਮੋਦੀ ਉਹਨੂੰ ਸਮਝਾਓ ਜਾ ਕੇ ਕਿ ਇਹੋ ਜਿਹੇ ਇਲੈਕਸ਼ਨਾਂ ਦੇ ਵਿੱਚ ਇਸ਼ੂ ਨਹੀਂ ਛੇੜਨੇ ਚਾਹੀਦੇ, ਕਮਿਊਨਲ ਇਸ਼ੂ ਨਹੀਂ, ਜਿਹੜੀ ਧਾਰਮਿਕ ਰੰਗਤ ਨਹੀਂ ਦੇਣੀ ਚਾਹੀਦੀ, ਇਹੋ ਜਿਹੀਆਂ ਭਾਵਨਾਵਾਂ ਨੂੰ ਭੜਕਾ ਕੇ ਵੋਟਾਂ ਇਕੱਠੀਆਂ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਹਰ ਜਗ੍ਹਾ ਗੋਧਰਾ ਦਾ ਕੇਸ, ਗੋਧਰਾ ਵਰਗਾ ਹਾਲਾਤ ਨਹੀਂ ਬਣਾਉਣੇ ਚਾਹੀਦੇ, ਇਹ ਉਹਨੂੰ ਸਮਝਾਓ ਨਾ ਤੁਸੀਂ। ਇਸ ਲਈ ਜੇ ਦੇਸ਼ ਕਮਜ਼ੋਰ ਹੋ ਰਿਹਾ ਤਾਂ ਜਿਹੜੇ ਮੈਜੋਰਿਟੀ 'ਚ ਆ ਲੋਕ ਜਾਂ ਜਿਹੜੇ ਰਾਜ ਕਰ ਰਹੇ ਆ ਲੋਕ, ਉਹਨਾਂ ਨੂੰ ਸਮਝਾਓ ਜਿਹੜੇ ਆਲਰੇਡੀ ਰਿਸੀਵਿੰਗ ਐਂਡ 'ਤੇ ਆ, ਜਿਹੜੇ ਆਲਰੇਡੀ ਨਾ ਤਾਂ ਆਰਥਿਕ ਤੌਰ 'ਤੇ ਇੰਨੇ ਤਕੜੇ ਆ, ਨਾ ਉਹ ਰਾਜਨੀਤਿਕ ਤੌਰ 'ਤੇ ਇੰਨੇ ਤਕੜੇ ਆ, ਨਾ ਉਹ ਫੌਜ ਵਿੱਚ ਇੰਨੀ ਵੱਡੀ ਗਿਣਤੀ, ਨਾ ਉਹਨਾਂ ਦੀ ਪੁਲਿਸ ਵਿੱਚ ਇੱਡੀ ਵੱਡੀ ਗਿਣਤੀ, ਫਿਰ ਉਹਨਾਂ ਤੋਂ ਤੁਹਾਨੂੰ ਕਾਹਦਾ ਖਤਰਾ? ਉਹ ਕਿਵੇਂ ਕਮਜ਼ੋਰ ਕਰ ਦੇਣਗੇ? ਕਮਜ਼ੋਰ ਕਰਨ ਵਾਲੀਆਂ ਸ਼ਕਤੀਆਂ ਅੰਦਰ ਹੀ ਹੈ, ਅਤੇ ਮੋਹਨ ਭਗਵਤ ਉਹਨਾਂ ਨੂੰ ਸਾਡੀ ਬੜੀ ਨਿਮਰਤਾ ਦੇ ਨਾਲ ਇਹ ਬੇਨਤੀ ਹੈ ਕਿ ਉਹਨਾਂ 'ਤੇ ਲਗਾਮ ਪਾਉਣ, ਜੇ ਦੇਸ਼ ਨੂੰ ਸੰਗਠਿਤ ਰੱਖਣਾ, ਸ਼ਾਂਤ ਰੱਖਣਾ ਅਤੇ ਇੱਕਜੁੱਟ ਅਤੇ ਇੱਕ ਮੁੱਠ ਰੱਖਣਾ। ਪ੍ਰੋਫੈਸਰ ਸਾਹਿਬ, ਗੱਲ ਕਰਦੇ ਹਾਂ ਪੰਜਾਬ ਦੇ ਆਮ ਆਦਮੀ ਕਲੀਨਿਕਾਂ ਦੀ, ਉਹਨਾਂ ਕਲੀਨਿਕਾਂ ਦੀ ਵੀ ਹੁਣ ਫੂਕ ਨਿਕਲਦੀ ਨਜ਼ਰ ਆ ਰਹੀ ਆ। ਦੇਖਿਆ ਗਿਆ ਕਿ ਜਿਹੜੀ ਮਰੀਜ਼ਾਂ ਦੀ ਗਿਣਤੀ ਆ, ਔਸਤ ਜਿਹੜੀ ਜਿੱਦਾਂ ਆਪਾਂ ਦੇਖੀਏ ਕਿ ਉਹਨਾਂ ਨੇ ਰਿਕਾਰਡ ਇੱਕ ਪੇਸ਼ ਕੀਤਾ ਕਿ ਉਸ ਰਿਕਾਰਡ ਦੇ ਅਧੀਨ ਆਇਆ ਕਿ ਮਰੀਜ਼ਾਂ ਦੀ ਜਿੰਨੇ ਮਰੀਜ਼ ਦੇਖੇ ਜਾ ਰਹੇ ਸੀ ਉਸ ਤੋਂ ਵੱਧ ਮਰੀਜ਼ਾਂ ਦੀ ਗਿਣਤੀ ਆਈ ਹੈ, ਜਿਹਦੇ ਲਈ ਆਡਿਟ ਕਰਨ ਲਈ ਸਰਕਾਰ ਨੇ ਵੀ ਕਿਹਾ, ਅਤੇ ਜਿਹੜੇ ਵਿਰੋਧੀ ਧਿਰ ਦੇ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਹ ਸਵਾਲ ਉਠਾਏ ਨੇ ਕਿ ਇਹਨੂੰ ਪ੍ਰੋਪਰ ਆਡਿਟ ਕੀਤਾ ਜਾਵੇ। ਅਤੇ ਉੱਪਰ ਦੀ ਜਿਹੜੇ ਸਾਡੇ ਸਿਹਤ ਮੰਤਰੀ ਨੇ ਉਹ ਕਹਿ ਰਹੇ ਨੇ ਕਿ ਅਸੀਂ ਅਗਰ ਜਿਹੜੇ ਮਰੀਜ਼ ਅਗਰ ਦੁਬਾਰਾ ਆ ਰਹੇ ਨੇ ਤਾਂ ਅਸੀਂ ਇਹਨੂੰ ਸ਼ਾਮ ਦੀਆਂ ਸਿਫਟਾਂ 'ਚ ਵੀ ਲਗਾਵਾਂਗੇ। ਪ੍ਰੋਫੈਸਰ ਸਾਹਿਬ, ਉਹ ਕੀ ਮਸਲਾ ਹੈ? ਨਹੀਂ, ਇਹਦੇ ਐਵੇਂ ਪਖੰਡਿਆ ਇਹਨਾਂ ਦਾ, ਮਤਲਬ ਤੁਸੀਂ ਦੇਖੋ ਕਿ ਪਹਿਲੀ ਗੱਲ ਅਸੀਂ ਉਦਣ ਹੀ ਪੁੱਛੀ ਸੀ ਜਿੱਦਣ ਇਹ ਪਹਿਲਾਂ ਮਹੱਲਾ ਕਲੀਨਿਕ ਇਹਨੂੰ ਕਹਿੰਦੇ ਸੀਗੇ ਉੱਥੇ ਦਿੱਲੀ 'ਚ, ਇੱਥੇ ਇਹਨਾਂ ਨੇ ਕਿਹਾ ਕਿ ਇਹਦਾ ਹੋਰ ਪ੍ਰਚਾਰ ਪਾਰਟੀ ਦੇ ਨਾਲ ਨਾਂ ਜੋੜ ਕੇ ਕਰੋ, ਅਤੇ ਇਸ ਲਈ ਪਾਰਟੀ ਦੇ ਨਾਲ ਜੋੜਨ ਦਾ ਨਾਂ ਸੀਗਾ ਕਿ ਆਮ ਆਦਮੀ ਕਲੀਨਿਕ। ਭਈ, ਆਮ ਆਦਮੀ ਨੂੰ ਤੁਸੀਂ ਕਲੀਨਿਕਾਂ ਤੱਕ ਹੀ ਸੀਮਿਤ ਰੱਖਣਾ ਜਾਂ ਉਹਨਾਂ ਨੂੰ ਚੰਗੇ ਤੋਂ ਚੰਗਾ ਕੋਈ ਇਲਾਜ ਜਿਹੜਾ ਮੁਹੱਈਆ ਕਰਾਉਣਾ ਆ? PGI 'ਚ ਕੋਈ ਖਾਸ ਆਦਮੀ ਜਾਂਦੇ ਆ? ਆਮ ਜਾਂਦੇ ਆ, ਤਾਂ 3.5 ਹਸਪਤਾਲ ਆ, 2 ਸਿਵਲ ਹੋਰ ਹਸਪਤਾਲ ਹੈਗੇ ਆ 32 ਸੈਕਟਰ 'ਚ, 18 ਸੈਕਟਰ ਚੰਡੀਗੜ੍ਹ, ਸਾਰੇ ਏਰੀਏ ਦੇ ਉੱਤੇ ਲੋਕ ਉੱਥੇ ਆਉਂਦੇ ਆ। ਇਸੇ ਤਰੀਕੇ ਨਾਲ ਇਹਨਾਂ ਨੇ 16 ਹਸਪਤਾਲਾਂ ਦਾ ਵਾਅਦਾ ਕੀਤਾ ਸੀ ਕਿ ਅਸੀਂ 16 ਹੋਰ ਹਸਪਤਾਲ ਵੱਡੇ ਡਿਸਟ੍ਰਿਕਟ ਲੈਵਲ 'ਤੇ ਖੋਲ੍ਹਾਂਗੇ। ਉਹ ਪਹਿਲੇ ਹਸਪਤਾਲ ਦੀ ਨਿਉਂ ਪੱਥਰ, ਅਜੇ ਪਤਾ ਨਹੀਂ ਜ਼ਮੀਨ ਮਿਲੀ ਕਿ ਨਹੀਂ ਮਿਲੀ, 1.5 ਸਾਲ ਹੋ ਗਿਆ, 16 ਕਿੱਥੋਂ ਆਉਣੇ ਆ? ਗਪੌੜੀ ਹੈਗੇ ਆ, ਇਸ ਸਿਸਟਮ ਨੂੰ ਨਹੀਂ ਇੰਪਰੂਵ ਕਰਨਾ ਚਾਹੁੰਦੇ। ਅਸੀਂ ਪੁੱਛਿਆ ਸੀ ਇਹਨਾਂ ਨੂੰ ਉੱਦਣ ਹੀ ਜਿੱਦਣ ਕੇਜਰੀਵਾਲ ਨੂੰ ਖੁਸ਼ ਕਰਨ ਲਈ ਇਹ ਪਾਲਿਸੀ ਇੱਥੇ ਇੰਟਰੋਡਿਊਸ ਕਰਨਾ ਚਾਹੁੰਦੇ ਸੀ, ਭਾਈ ਸਾਨੂੰ ਇਹ ਦੱਸੋ ਕਿ ਪਹਿਲੇ ਵਾਲੇ ਸਿਸਟਮ 'ਚ ਨੁਕਸ ਕੀ ਹੈ, ਕਿਉਂ ਤੁਸੀਂ ਇੱਕ ਹੋਰ ਨਵੀਂ ਇੱਕ ਪਗਡੰਡੀ ਕੱਢ ਲਈ ਆ? ਪਹਿਲਾਂ ਐਡਾ ਸਾਡਾ ਸਿਸਟਮ ਆ, ਸਟੇਟ ਪੱਧਰ ਦੇ ਵਰਗੇ ਬੜੇ ਬੜੇ ਹਸਪਤਾਲ ਹੈਗੇ, ਫਿਰ ਡਿਸਟ੍ਰਿਕਟ ਪੱਧਰ ਦੇ ਹਸਪਤਾਲ ਹੈਗੇ, ਫਿਰ ਥੱਲੇ ਪੱਧਰ ਦੇ ਹਸਪਤਾਲ ਹੈਗੇ ਆ, ਪ੍ਰਾਇਮਰੀ ਹੈਲਥ ਸੈਂਟਰ ਹੈਗੇ, ਫਿਰ ਉਹਦੇ ਬਿਲਕੁਲ ਛੋਟੇ ਉਹਦੇ ਥੱਲੇ ਵੀ ਹੈਗੇ ਜਿੱਥੇ ਬੰਦੇ ਨੂੰ ਥੋੜੀਆਂ ਬਹੁਤੀਆਂ ਦਵਾਈਆਂ ਮਿਲਦੀਆਂ। ਇਹ ਕਈ ਮਲਟੀ ਟੀਅਰ ਸਾਡੇ ਕੋਲ ਬਹੁਤ ਡਿਟੇਲ ਸਿਸਟਮ ਹੈ, ਲੋੜ ਉੱਥੇ ਕੀ ਆ? ਪਹਿਲੇ ਸਿਸਟਮ ਨੂੰ ਚੁਸਤ ਫੁਰਤ ਕਰਕੇ, ਅਪਡੇਟ ਕਰਕੇ, ਉੱਥੇ ਜਿਹੜੇ ਇੰਸਟਰੂਮੈਂਟ ਮਸ਼ੀਨਾਂ ਟੈਕਨੀਕਲ ਬੰਦੇ ਭਰਤੀ ਕੀਤੇ ਜਾਣ। ਤੁਹਾਨੂੰ ਪਤਾ ਜਦੋਂ ਕੋਵਿਡ ਆਇਆ ਤੇ ਕਿੰਨੀਆਂ ਮਸ਼ੀਨਾਂ ਉਦੋਂ ਇਹੋ ਜਿਹੀਆਂ ਲੱਭੀਆਂ ਜਿਹੜੀਆਂ ਅਜੇ ਪੈਕਟਾਂ 'ਚ ਖੋਲੀਆਂ ਹੀ ਨਹੀਂ ਸੀ, ਕਾਰਨ ਮਸ਼ੀਨਾਂ ਖਰੀਦ ਲਈਆਂ, ਉਹਦੇ 'ਚੋਂ ਹਿੱਸਾਪੱਤੀ ਸਰਕਾਰਾਂ ਨੇ ਮਿਨਿਸਟਰਾਂ ਨੇ ਲੈ ਲਈ ਹੋਊਗੀ, ਔਰ ਜਦੋਂ ਆਈ ਵਾਰੀ ਕਿ ਬੰਦੇ ਜਿਹੜੇ ਆਪਰੇਟਰ ਆ ਉਹਨਾਂ ਨੂੰ ਚਲਾਉਣ ਵਾਲੇ ਰੱਖਣੇ ਆ, ਉੱਥੇ ਤਨਖਾਹ ਕੋਲੋਂ ਦੇਣੀ ਪੈਣੀ ਸੀ, ਉਹ ਰੱਖੇ ਨਹੀਂ, ਉਹ ਮਸ਼ੀਨਾਂ ਪੈਕਟਾਂ 'ਚ ਪਈਆਂ, ਜਾਣੀ ਸਰਕਾਰੀ ਪੈਸਾ ਖਰਚ ਕਰਤਾ
ਉਹਦਾ ਫਾਇਦਾ ਕੋਈ ਹੋਇਆ ਨਹੀਂ, ਕਈ ਖਰਾਬ ਹੋ ਗਈਆਂ, ਕਈ ਜਿਹੜੀਆਂ ਉਦੋਂ ਚਲਾਈਆਂ ਗਈਆਂ ਲੱਭ ਲੱਭ ਕੇ, ਕਿਉਂਕਿ ਉਦੋਂ ਇਸ ਕਿਸਮ ਦੀ ਐਮਰਜੈਂਸੀ ਸੀ। ਅਤੇ ਗੁਰਦੀਪ ਅਸਲ 'ਚ ਲੋੜ ਤੇ ਇਹ ਕਮੀਆਂ ਦੂਰ ਕਰਦੀ ਆ। ਆ ਹੁਣੇ ਰਜਿੰਦਰਾ ਹਸਪਤਾਲ ਇੱਕ ਨਾਮੀ ਖਾਮੀ ਹਸਪਤਾਲ ਆ ਪੰਜਾਬ ਦਾ, ਗੌਰਮੈਂਟ ਹਸਪਤਾਲ ਰਜਿੰਦਰਾ ਹਸਪਤਾਲ, ਕਿਉਂਕਿ ਮਹਾਰਾਜਾ ਪਟਿਆਲੇ ਦਾ ਏਰੀਆ ਰਿਹਾ ਪੁਰਾਣਾ ਹਸਪਤਾਲ ਹੈਗਾ। ਸਾਡਾ ਇੱਕ ਮਿੱਤਰ ਜਰਨਲਿਸਟ, ਉਹ ਆਪਣੇ ਕਿਸੇ ਨੂੰ ਮਰੀਜ਼ ਨੂੰ ਉੱਥੇ ਲੈ ਕੇ ਗਿਆ, ਕੰਧਾਂ ਨਾਲੋਂ ਕਲੀ ਡਿੱਗ ਰਹੀ ਆ, ਸੀਮਿੰਟ ਡਿੱਗ ਰਿਹਾ, ਛੱਤਾਂ ਦਾ ਬੁਰਾ ਹਾਲ। ਅਤੇ ਉਹ ਆਪਰੇਸ਼ਨ ਥੀਏਟਰ ਦੇ ਵਿੱਚ, ਉਹ ਕਮਰਾ ਉਹ ਸੀ ਜਿੱਥੇ ਆਪਰੇਸ਼ਨ ਥੀਏਟਰ ਲਈ ਬੰਦੇ ਮਰੀਜ਼ 10 ਮਰੀਜ਼ ਤਿਆਰ ਹੋ ਰਹੇ ਸੀ। ਉਸ ਕਮਰੇ ਦੀ ਇੰਨੀ ਮਾੜੀ ਹਾਲਤ ਸੀ ਵੀ ਬੰਦਾ ਪਹਿਲਾਂ ਹੀ ਆਪਰੇਸ਼ਨ ਥੀਏਟਰ ਤੋਂ ਜਾਣ ਉਹੋ ਜਿਹੇ ਹਾਲਾਤ ਦੇ ਕੇ ਦਮ ਤੋੜ ਜੇ, ਇਹ ਹਾਲਾਤ ਉਹ ਦੱਸ ਰਿਹਾ ਸੀ। ਇਹ ਅਜੇ ਪਿਛਲੇ ਮਤਲਬ ਅਜੇ 5-7 ਦਿਨਾਂ ਦੀ ਮੈਂ ਗੱਲ ਦੱਸ ਰਿਹਾ, ਕੋਈ ਪੁਰਾਣੀ ਨਹੀਂ। ਇਸ ਲਈ ਜੇ ਉਹ ਵੱਡੇ ਹਸਪਤਾਲ ਜੇ ਉੱਥੇ ਤੁਹਾਡੇ ਕੋਲ ਕੁਚੀ ਕਰਨ ਦੇ ਵੀ ਪੈਸੇ ਨਹੀਂ ਹੈਗੇ, ਪੈਸੇ ਦਿੰਦੇ ਨਹੀਂ ਤੁਸੀਂ, ਡਾਕਟਰ ਭਰਤੀ ਨਹੀਂ ਕਰਦੇ, ਜੇ ਕੋਈ ਹੈਗੇ ਤਾਂ ਉਹਨਾਂ ਨੂੰ ਪ੍ਰੋਪਰ ਤਨਖਾਹਾਂ ਨਹੀਂ ਦਿੰਦੇ। ਤੁਹਾਨੂੰ ਪਤਾ ਹੈ ਪਟਿਆਲੇ ਦੇ ਹਸਪਤਾਲ ਦੇ ਵਿੱਚ ਹੀ ਨਰਸਾਂ ਦੀ ਉੱਤੋਂ ਛਾਲ ਮਾਰ ਕੇ ਇੱਕ ਵਾਰੀ ਸੁਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਸੀ, ਇੱਕ ਛਾਤ ਮਾਰ ਵੀ ਗਈ ਸੀ। ਇਹ ਇਸ ਕਰਕੇ ਕਿਉਂਕਿ ਉਹਨਾਂ ਨੂੰ ਕੋਈ ਪੁੱਛਦਾ ਨਹੀਂ, ਉਹਨਾਂ ਨੂੰ ਕੋਈ ਗ੍ਰੇਡ ਨਹੀਂ ਮਿਲਦੇ, ਉਹਨਾਂ ਨੂੰ ਸਹੂਲਤਾਂ ਨਹੀਂ ਮਿਲਦੀਆਂ, ਉਹਨਾਂ ਨੂੰ ਕਾਰ ਨਹੀਂ ਮਿਲਦੀ। ਜਿਹੜਾ ਸਿਸਟਮ ਸਾਡੇ ਕੋਲ ਪਹਿਲਾਂ ਹੀ ਹੈ ਉਸਨੂੰ ਠੀਕ ਕਰਨ ਦੀ ਲੋੜ ਆ, ਚੁਸਤ ਫੁਰਤ ਕਰਨ ਦੀ ਲੋੜ ਆ, ਦਵਾਈਆਂ ਮੁਫਤ ਦੇਣ ਦੀ ਲੋੜ ਆ, ਚੰਗੇ ਤੋਂ ਚੰਗੇ ਡਾਕਟਰ ਐਡਵਰਟਾਈਜ਼ ਕਰਕੇ ਉਹ ਭਰਤੀ ਕਰਨ ਦੀ ਲੋੜ। ਪਰ ਇਹ ਸਾਰਾ ਕੁਝ ਕਰਨ ਲਈ ਇਹਨਾਂ ਨੂੰ ਜੇ ਸੱਚੀ ਮੁੱਚੀ ਕਰਨਾ ਤੇ ਜਿੰਨਾ ਅੱਜ ਬਜਟ ਰੱਖਿਆ ਹੋਇਆ ਉਹ GDP ਦਾ ਮੇਰਾ ਖਿਆਲ ਹੈ ਕਿ 1% ਹੋਊਗਾ ਜਾਂ 1.25% ਹੋਊਗਾ, ਬਹੁਤਾ ਜ਼ਿਆਦਾ ਨਹੀਂ ਹੈ, ਉਹ ਦੁੱਗਣਾ ਕਰਨ ਦੀ ਲੋੜ ਹੈ ਜਿੰਨਾ ਵੀ ਅੱਜ ਬਜਟ ਹੈ। ਇਸੇ ਤਰ੍ਹਾਂ ਹੀ ਪੜ੍ਹਾਈ ਦੇ ਉੱਤੇ ਦੁੱਗਣਾ ਬਜਟ ਕਰਨ ਦੀ ਲੋੜ। ਇਹ ਤਾਂ ਕੰਮ ਨਹੀਂ ਕਰਨਾ ਚਾਹੁੰਦੇ, ਇਹ ਤਾਂ ਥੋੜ੍ਹੇ ਜਿਹੇ ਛੋਛੇ ਜੇ ਕਰਕੇ, ਜਿਹੜੇ ਪਹਿਲਾਂ ਹੀ ਅਕਾਲੀਆਂ ਨੇ ਕੁਛ ਬਿਲਡਿੰਗਾਂ ਬਣਾਈਆਂ ਸੀਗੀਆਂ, ਉਹ ਬਿਲਡਿੰਗਾਂ ਉਹ ਕੰਟੈਕਟ ਪੁਆਇੰਟ ਲਈ ਕੀ ਕਹਿੰਦੇ, ਉਹਨਾਂ ਬਿਲਡਿੰਗਾਂ ਨੂੰ ਕਹਿੰਦੇ ਸੀ ਗੁਰਦੀਪ, ਉਹਨਾਂ ਦੇ ਉੱਤੇ ਇਹਨਾਂ ਨੇ ਬਹੁਤਿਆਂ ਨੂੰ ਬੋਰਡ ਹਟਾਇਆ, ਪਹਿਲਾਂ ਨਵਾਂ ਬੋਰਡ ਲਾ ਲਿਆ ਆਪਣਾ, ਤੇ ਚਲੋ ਜੀ ਇਹ ਜੀ ਹੁਣ ਕੇਜਰੀਵਾਲ ਦਾ ਚੀਜ਼ ਬਣ ਗਈ। ਇਹ ਪਿੱਛੇ ਜਿਹੜੀ ਰੈਲੀ ਹੋ ਕੇ ਹਟੀ ਆ ਉਹ ਕਾਹਦੇ ਲਈ ਸੀਗੀ, ਹਸਪਤਾਲ ਨੂੰ ਇੱਕ ਸ਼ਕੁੰਤਲਾ ਦੇਵੀ ਕਿਹੜਾ ਹਸਪਤਾਲ ਸੀਗਾ, ਉਸ ਹਸਪਤਾਲ ਨੂੰ ਇੱਕ ਤੁਸੀਂ ICU ਯੂਨਿਟ ਦਾ ਐਕਸਟੈਂਸ਼ਨ ਕਰਤੀ, ਕੁਛ ਬਲੌਕ ਬਣਾ ਤਾ, ਉਸ ਬਲੌਕ ਦਾ ਪੂਰਾ ਹਸਪਤਾਲ ਨਹੀਂ ਹੈ। ਕੇਜਰੀਵਾਲ ਆਇਆ, ਹੋਰ ਆਇਆ, ਮੈਂ ਕਿਹਾ ਫਿਰ ਰਾਸ਼ਟਰਪਤੀ ਨੂੰ ਵੀ ਬੁਲਾ ਲੈਣਾ ਸੀਗਾ, ਫਿਰ ਘਰ ਜਦੋਂ ਕਰਨੀ ਸੀ ਏਡੀ ਵੱਡੀ ਰੈਲੀ ਕਰਨੀ ਸੀ, ਮੈਡਮ ਮੁਰਮੂ ਨੂੰ ਵੀ ਬੁਲਾ ਲੈਂਦੇ, ਉਹ ਵੀ ਨਾਲੇ ਪੰਜਾਬੀਆਂ ਦਾ ਇਕੱਠ ਪੱਠ ਵੇਖ ਜਾਂਦੇ। ਤੁਸੀਂ ਇੱਕ ਨਿੱਕੇ ਜਿਹੇ ਕੰਮ ਨੂੰ ਇੰਨਾ ਛਾਲਿਆ, ਇੰਨਾ ਛਾਲਿਆ ਕਿ 1200 ਰੋਡਵੇਜ ਦੀਆਂ ਬੱਸਾਂ ਤੁਸੀਂ ਉੱਥੇ ਲਾਤੀਆਂ ਬੰਦੇ ਇਕੱਠੇ ਕਰਨ ਲਈ, ਟੀਚਰ ਲਾਤੇ, ਜਦਕਿ ਖੁਦ ਕਹਿੰਦੇ ਆ ਕਿ ਤੁਸੀਂ ਟੀਚਰ ਜਿਹੜੇ ਆ ਉਹ ਕਦੀ ਵੀ ਨੋਨ ਅਕੈਡਮਿਕ ਕੰਮ ਲਈ, ਪੜ੍ਹਾਈ ਤੋਂ ਇਲਾਵਾ ਦੂਜੇ ਕੰਮ ਲਈ ਕੋਈ ਉਹਨਾਂ ਤੋਂ ਕੰਮ ਨਹੀਂ ਲਿਆ ਜਾਊਗਾ, ਕਿਉਂ ਉੱਥੇ ਰੈਲੀਆਂ 'ਤੇ ਗਏ ਉਹ ਸਾਰੇ ਟੀਚਰ, ਇਕੱਠ ਕਰਕੇ ਸਵਾਏ ਇਸ ਗੱਲ ਤੋਂ ਕਿ ਤੁਸੀਂ ਰਾਜਨੀਤੀ ਕਰਦੇ ਆ ਸਿਹਤ ਔਰ ਸਿੱਖਿਆ ਦੇ ਨਾਂ 'ਤੇ, ਹੋਰ ਕੁਛ ਨਹੀਂ ਹੋ ਰਿਹਾ। ਪੈਪਸੂ ਦੇ ਉੱਤੇ ਜਿਹੜੀ PRTC ਹੈਗੀ ਹੈ, ਇਸ ਵੇਲੇ ਅੱਜ ਦੀ ਖਬਰ ਆ ਕਿ 250 ਕਰੋੜ ਰੁਪਇਆ ਕਰਜ਼ਾ ਚੜ੍ਹ ਗਿਆ, ਫਰਵਰੀ ਤੋਂ ਬਾਅਦ ਉਹਨਾਂ ਨੂੰ ਪੈਸੇ ਦਿੱਤੇ ਨਹੀਂ ਜਾ ਰਹੇ। ਕਾਰਨ, ਕਿਉਂਕਿ ਉਹਨਾਂ ਨੂੰ ਕਹਿੰਦੇ ਕਿ ਬੀਬੀਆਂ ਨੂੰ ਮੁਫਤ ਝੂਟੇ ਦਿਓ, ਕਿਉਂਕਿ ਇਹ ਸਾਡੀ ਗਰੰਟੀ ਸੀ, ਉਹਨਾਂ ਨੇ ਮੁਫਤ ਝੂਟੇ ਦੇਣੇ ਸ਼ੁਰੂ ਕਰਤੇ, ਅਤੇ ਜਿਹੜੀ ਰੀਇੰਬਰਸਮੈਂਟ ਸਰਕਾਰ ਵੱਲੋਂ ਹੋਣੀ ਹੈ ਉਹ ਹੋ ਨਹੀਂ ਰਹੀ, ਉਲਟਾ ਤੁਸੀਂ ਰੈਲੀਆਂ ਕਰ ਲਈ, ਉਹਨਾਂ ਦੀਆਂ ਬੱਸਾਂ ਲੈ ਕੇ ਜਾ ਰਹੇ ਹਾਂ, ਇਹ ਕਿੱਧਰ ਨੂੰ ਜਾਊਗਾ ਪੰਜਾਬ? ਕਿਹੜਾ ਤੁਸੀਂ ਜਿਹੜਾ ਭ੍ਰਿਸ਼ਟਾਚਾਰ ਤੋਂ ਮੁਕਤ ਪੰਜਾਬ ਚਾਹੁੰਦੇ ਹਾਂ, ਅਤੇ ਗੁੱਡ ਗਵਰਨੈਂਸ ਚਾਹੁੰਦੇ ਹਾਂ, ਅਤੇ ਸਿਸਟਮ ਬਦਲ ਰਹੇ ਹਾਂ, ਸੰਸਥਾਨ ਬਦਲ ਰਹੇ ਹਾਂ, ਕਿਹੜਾ ਇੱਥੇ ਬਦਲਾਅ ਹੋ ਰਿਹਾ? ਜੀ ਪ੍ਰੋਫੈਸਰ, ਇਹ ਸੀ ਸਿਹਤ ਦੀ ਗੱਲ। ਅਗਰ ਆਪਾਂ ਗੱਲ ਕਰੀਏ ਪੰਜਾਬ ਦੇ ਵਿੱਚ ਹੋਰ ਵੀ ਬਿਮਾਰੀਆਂ ਲਗਾਤਾਰ, ਜਿਹੜਾ 6ਵਾਂ ਦਰਿਆ ਜਿਹਨੂੰ ਕਹਿ ਰਹੇ ਨੇ ਨਸ਼ਿਆਂ ਦਾ ਦਰਿਆ ਵੀ ਵਗ ਰਿਹਾ, ਉਹਦੇ ਆਪਾਂ ਗੱਲ ਕਰੀਏ ਕਿ ਜਦੋਂ ਤੋਂ ਇਹ ਸਰਕਾਰ ਆਈ ਉਸ ਤੋਂ ਬਾਅਦ ਇਹਨੇ ਕਈ ਵਾਅਦੇ ਕੀਤੇ ਸੀ ਨਸ਼ਿਆਂ ਦੇ ਖਿਲਾਫ਼, ਖਾਸ ਕਰਕੇ ਇਹਨਾਂ ਦੀ ਜਿਹੜੀ ਆ ਉਹ ਵੀ ਫੂਕ ਨਿਕਲ ਗਈ ਆ। ਗਵਰਨਰ ਸਾਹਿਬ ਪਿਛਲੇ ਦਿਨੀ ਸਾਡੇ ਦੌਰੇ 'ਤੇ ਗਏ ਸੀ ਪੰਜਾਬ ਦੇ, ਉਹਨਾਂ ਨੇ ਗੱਲ ਕਹੀ ਸੀ ਕਿ ਪਿੰਡ ਪਿੰਡ 'ਚ ਕਮੇਟੀਆਂ ਬਣਾਈ ਜਾਣ, ਪਰ ਕਮੇਟੀਆਂ ਦੀ ਅਗਰ ਆਪਾਂ ਹਾਲਤ ਦੇਖੀਏ, ਕਮੇਟੀਆਂ ਵਾਲੇ ਅਗਰ ਕੋਈ ਐਕਸ਼ਨ ਲੈਂਦੇ ਨੇ, ਆਪਾਂ ਦੇਖਿਆ ਕਈ ਵਾਰ ਤਾਂ ਕਮੇਟੀਆਂ ਦੇ ਖੁਦ ਹੀ ਜਿਹੜੇ ਬੰਦੇ ਸੀ ਉਹਨਾਂ 'ਤੇ ਹਮਲੇ ਕੀਤੇ ਗਏ ਨੇ, 1-2 ਦੀ ਤਾਂ ਮੌਤ ਵੀ ਹੋਈ ਆ, ਨਸ਼ਾ ਤਸਕਰਾਂ ਵੱਲੋਂ ਉਹਨਾਂ ਨੂੰ ਮਾਰਿਆ ਗਿਆ। ਪਰ ਦੂਜੇ ਪਾਸੇ ਆਪਾਂ ਅਗਰ ਦੇਖੀਏ, ਲੋਅ ਵੀ ਪ੍ਰੋਟੈਕਸ਼ਨ ਐਕਟ ਵੀ ਇਹੀ ਕਹਿੰਦਾ ਕਿ ਅਗਰ ਕੋਈ ਕਿਸੇ ਦੀ ਹੈਲਪ ਕਰਦਾ ਤਾਂ ਉਹਦੇ 'ਚ ਉਹਨੂੰ ਪ੍ਰੋਟੈਕਸ਼ਨ ਦਿੱਤੀ ਜਾਵੇਗੀ, ਜਿਹੜੇ ਵਿਟਨੈਸ ਹੋਣਗੇ ਉਹਨਾਂ ਦੀ ਪ੍ਰੋਟੈਕਸ਼ਨ ਹੋਵੇਗੀ। ਪਰ ਇੱਥੇ ਹਾਲ ਜਿਹੜਾ ਦੂਸਰੇ ਪਾਸੇ ਬੁਰਾ ਹੈ, ਆਪਾਂ ਪਿਛਲੇ ਦਿਨਾਂ 'ਚ ਦੇਖਿਆ ਕਿ ਇੱਕ ਵਾਰ ਇੱਕ ਪੁਲਿਸ ਵਾਲੇ ਨੇ ਕਿਸੇ ਚੋਰ ਨੂੰ ਫੜਿਆ ਸੀ, ਉਸ ਤੋਂ ਬਾਅਦ ਉਹਦੇ ਜਿਹੜੇ
ਹਾਇਰ ਅਫੀਸ਼ਲ ਸੀ ਉਹਨਾਂ ਨੇ ਉਹਨੂੰ ਛਡਵਾ ਲਿਆ ਸੀ। ਇਸ ਕਰਕੇ ਉਹਨੇ ਰੋਡ ਦੇ ਉੱਤੇ ਡਰਾਮਾ ਵੀ ਕੀਤਾ ਸੀ, ਉਹ ਕੋਰਟ ਤੱਕ ਵੀ ਗਿਆ ਸੀ ਕਿ ਮੈਂ ਕੋਈ ਚੋਰ ਫੜ ਕੇ ਲੈ ਕੇ ਆਉਣਾ ਅਤੇ ਤੁਸੀਂ ਛੱਡ ਦਿੰਦੇ ਹੋ। ਪਰ ਦੂਜੇ ਪਾਸੇ ਇੱਥੇ ਵੀ ਇਹੀ ਗੱਲ ਆ ਰਹੀ ਆ ਕਿ ਨਸ਼ਾ ਤਸਕਰਾਂ ਨੂੰ ਫੜ ਕੇ ਉਹਨਾਂ ਨੇ ਪੁਲਿਸ ਦੇ ਹਵਾਲੇ ਕੀਤਾ। ਉਸ ਤੋਂ ਬਾਅਦ ਉਹ ਥੋੜ੍ਹੇ ਦਿਨਾਂ ਬਾਅਦ ਫਿਰ ਵਾਪਸ ਰਿਹਾਈ 'ਤੇ ਆ ਗਿਆ। ਪ੍ਰੋਫੈਸਰ ਸਾਹਿਬ ਇਹ ਕੀ ਮਸਲਾ ਹੈਗਾ? ਨਹੀਂ ਦੇਖੋ, ਮਸਲਾ ਤਾਂ ਇਹ ਹੈ ਕਿ ਸਰਕਾਰ ਨੇ ਆਪਣੇ ਹੱਥ ਖੜੇ ਕਰਤੇ ਕਿ ਸਾਡੇ ਕੋਲੋਂ ਨਸ਼ਾ ਮੁਕਤ ਪੰਜਾਬ ਨਹੀਂ ਹੋ ਸਕਦਾ। ਪੁਲਿਸ ਨੇ ਵੀ ਹੱਥ ਖੜੇ ਕਰਤੇ, ਪੁਲਿਸ ਨੇ ਹੱਥ ਕੀ ਖੜੇ ਕੀਤੇ, ਪੰਜਾਬ ਪੁਲਿਸ ਨਾਲ ਰਲੀ ਹੋਈ ਆ। ਬੜਾ ਤਾਂ ਤੁਹਾਡੇ ਸਾਹਮਣੇ ਹੈ, ਹਾਈ ਕੋਰਟ ਨੇ ਇੰਨੀ ਫਟਕਾਰ ਪਾਈ ਆ ਇਹਨਾਂ ਨੂੰ, ਡੀਜੀਪੀ ਨੂੰ ਬੁਲਾ ਕੇ ਫਟਕਾਰ ਪਾਈ ਆ ਕਿ ਸਾਨੂੰ ਲੱਗਦਾ ਕਿ ਤੁਸੀਂ ਨਸ਼ਾ ਵੇਚਣ ਵਾਲਿਆਂ ਤਸਕਰਾਂ ਦੇ ਨਾਲ ਰਲੇ ਆ, ਤੁਸੀਂ ਉਹਨਾਂ ਨੂੰ ਰੋਕਣਾ ਤੇ ਕੀ ਹੈ। ਇਹ ਜਦੋਂ ਮੇਰੀ ਨਹੀਂ ਕਹਿਣਦੀ, ਅਸੀਂ ਤੇ ਸਾਡੇ ਬਾਰੇ ਤੇ ਕਹਿ ਸਕਦੇ ਕਿ ਇਹ ਜੀ ਬੰਦੇ ਕਲਰਡ ਬੋਲਦੇ ਆ, ਇਹ ਆਪਣੀ ਆਪਣੇ ਵੱਲੋਂ ਮਸਾਲਾ ਲਾ ਕੇ ਬੋਲਦੇ ਆ, ਪਰ ਉਹ ਤੇ ਉੱਥੇ ਜੱਜਾਂ ਨੇ ਪਬਲਿਕਲੀ ਸਾਰੀ ਗੱਲ ਕਹੀ ਆ, ਉਹਨੂੰ ਤੇ ਨਹੀਂ ਨਾ ਕਰ ਸਕਦੇ। ਫਟਕਾਰ ਲਾਈ ਆ, ਕਿਹਾ ਕਿ ਅਗਲੇ ਦਿਨ ਤੁਸੀਂ ਫਾਈਲ ਸਾਰੀ ਲੈ ਕੇ ਆਓ, ਤੁਸੀਂ ਆਪਣੇ ਬੰਦਿਆਂ ਦੇ ਗਵਾਹ ਦੇਣਾ ਸੀਗਾ ਨਸ਼ਿਆਂ ਦੇ ਇੱਕ ਕੇਸ ਦੇ ਵਿੱਚ, ਤੇ 2 ਸਾਲ ਹੋ ਗਏ ਆ ਬੰਦੇ ਨੂੰ ਉਹ ਜੇਲ੍ਹ 'ਚ ਛੱਡ ਰਿਹਾ, ਤੇ ਤੁਸੀਂ ਆਪਣੇ ਬੰਦਿਆਂ ਨੂੰ ਨਹੀਂ 2 ਸਾਲ ਦੇ ਵਿੱਚ ਗਵਾਹੀਆਂ ਦਵਾਈਆਂ, 20 ਬੰਦੇ ਸੀਗੇ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ ਗਵਾਹੀਆਂ ਦੇਣੀਆਂ ਸੀ। ਇਸ ਕਿਸਮ ਦੀ ਫਟਕਾਰ, ਇਹ ਤੇ ਹੈ ਤੁਹਾਡਾ ਸਰਕਾਰ ਦਾ ਤੇ ਪੁਲਿਸ ਦੇ ਮਹਿਕਮੇ ਦਾ ਹਾਲ। ਇਹਦੇ ਪੈਰਲਲ ਗਵਰਨਰ ਸਾਹਿਬ ਨੇ ਇੱਕ ਨਵਾਂ ਸ਼ੋਸ਼ਾ ਹੀ ਕਹੂੰਗਾ ਮੈਂ ਤੇ ਕੱਢਿਆ, ਉਹਨਾਂ ਨੇ ਕਿਹਾ ਚੰਗਾ ਮੈਂ ਇਹਨਾਂ ਨੂੰ, ਜਿਹੜੇ ਹੁਣ ਵਾਲੀ ਸਰਕਾਰ ਆ ਇਹਨਾਂ ਨੇ ਕਿਹਾ ਸੀ ਅਸੀਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ, ਮੈਂ ਇਹਨਾਂ ਨੂੰ ਠਿੱਠ ਕਰਦਾ। ਉਹ 2-3 ਗੇੜੇ ਮੇਰਾ ਖਿਆਲ ਘੱਟੋ ਘੱਟ ਤੀਜਾ ਗੇੜਾ ਤੇ ਸੀਗਾ ਹੀ, ਉਹ ਬਾਰਡਰ ਏਰੀਏ 'ਚ ਲਾ ਕੇ ਆਏ ਆ। ਉਹ 6 ਜ਼ਿਲ੍ਹਿਆਂ ਦੇ ਵਿੱਚ ਖਾਸ ਫੋਕਸ ਰੱਖਦੇ ਆ, ਉਹਨਾਂ ਦੇ 2 ਮੁੱਖ ਮਕਸਦ ਆ, ਇੱਕ ਭਗਵੰਤ ਮਾਨ ਨੂੰ ਭੰਡਣਾ ਤੇ ਇੱਕ ਪਾਕਿਸਤਾਨ ਨੂੰ ਭੰਡਣਾ, ਕਿਉਂਕਿ ਉਹ ਬੀਜੇਪੀ ਦਾ ਮੁੱਖ ਫੇਵਰੇਟ ਏਜੰਡਾ ਆ, ਤੇ ਉਸ ਏਜੰਡੇ ਨੂੰ ਵੀ ਉਹ ਅੱਗੇ ਤੋਰਦੇ। ਕਹਿੰਦੇ ਜੀ ਇੱਧਰੋਂ ਬਾਰਡਰ ਏਰੀਏ 'ਚੋਂ ਪਾਕਿਸਤਾਨ ਵੱਡੇ ਪੱਧਰ ਦੇ ਉੱਤੇ ਨਸ਼ੇ ਭੇਜ ਰਿਹਾ, ਤੇ ਇਹ ਬਹੁਤ ਮਾੜੀ ਗੱਲ ਆ, ਮੈਂ ਸਰਕਾਰ ਨੂੰ ਰਿਪੋਰਟ ਲਗਾਤਾਰ ਕਰਦਾ ਰਹਿੰਦਾ ਜੋ ਮੈਨੂੰ ਥੱਲੇ ਥੱਲੇ ਇਹ ਬਾਰਡਰ ਏਰੀਏ ਦੇ ਜ਼ਿਲ੍ਹਿਆਂ ਤੋਂ ਮਿਲਦਾ। ਦੂਜਾ ਉਹ ਸਿੱਖਿਆ ਦੇ ਕੇ ਆਏ, ਸਿੱਖਿਆ ਇਹ ਦਿੱਤੀ ਹੈ ਕਿ ਤੁਸੀਂ ਪਿੰਡਾਂ ਦੇ ਵਿੱਚ ਪਿੰਡੋ ਪਿੰਡੀ ਡਿਫੈਂਸ ਕਮੇਟੀਆਂ ਬਣਾਓ। ਮਤਲਬ ਇਹ ਕਹਿਣ ਦਾ, ਉੱਥੇ ਡੀਜੀਪੀ ਬੈਠਾ ਸਟੇਜ ਦੇ ਉਸੇ ਤੇ ਜਿੱਥੇ ਉਹ ਅੰਮ੍ਰਿਤਸਰ ਵੱਲ ਜਾ ਕੇ ਭਾਸ਼ਣ ਦੇ ਰਹੇ ਸੀ, ਉਹ ਉਹਨੂੰ ਸੁਣਾ ਰਹੇ ਸੀਗੇ ਕਿ ਦੇਖੋ ਤੁਹਾਡੇ ਕੋਲ ਨਸ਼ਾ ਤੇ ਨਹੀਂ ਮੁਕਤ ਪੰਜਾਬ ਬਣ ਸਕਿਆ, ਤੇ ਹੁਣ ਮੈਂ ਡਿਫੈਂਸ ਕਮੇਟੀਆਂ ਬਣਾ ਕੇ ਪਿੰਡੋ ਪਿੰਡੀ ਠੀਕਰੀ ਪੈਰਾ ਦਵਾ ਕੇ ਤੇ ਤੁਹਾਡੇ ਤਸਕਰਾਂ ਨੂੰ ਮੈਂ ਰੁਕਵਾਊਂਗਾ। ਕਹਿੰਦੇ ਜੀ ਬਹੁਤ ਸਾਰੇ ਪਿੰਡਾਂ 'ਚ ਕਾਮਯਾਬੀ ਹੋਈ ਹੈ, ਸਾਨੂੰ ਇਹ ਸਾਰੇ ਪੰਜਾਬ ਦੇ ਉੱਤੇ ਪਿੰਡੋ ਪਿੰਡੀ ਕਮੇਟੀਆਂ ਬਣਾਉਣੀਆਂ ਚਾਹੀਦੀਆਂ। ਇਹ ਕਮੇਟੀਆਂ ਜਦੋਂ ਬਣਦੀਆਂ ਤੇ ਜਿਹੜੀ ਪੁਲਿਸ ਉਹ ਖੁਦ ਕੋਰਟਾਂ ਸਾਡੀਆਂ ਕਹਿ ਰਹੀਆਂ ਕਿ ਤਸਕਰਾਂ ਦੇ ਨਾਲ ਨਸ਼ੇ ਜਿਹੜੇ ਨਸ਼ਾ ਵੇਚਦੇ ਉਹਨਾਂ ਨਾਲ ਰਲੀਆਂ ਹੋਈਆਂ, ਤੇ ਉਹ ਜਦੋਂ ਇਹ ਫੜਨਗੇ ਤੇ ਉਹ ਇਹਨਾਂ ਨਾਲ ਘੱਟ ਗੁਜ਼ਾਰਨਗੇ। ਇਸ ਲਈ ਇਹ ਬੜੀ ਇੱਕ ਹਾਸੋਹੀਣੀ ਪਰਿਸਥਿਤੀ ਬਣੀ ਹੋਈ ਆ ਕਿ ਗਵਰਨਰ ਕੁਛ ਕਹਿੰਦਾ, ਪੰਜਾਬ ਦੀ ਪੁਲਿਸ ਕੁਛ ਕਹਿੰਦੀ ਆ, ਕੋਰਟਾਂ ਕੁਛ ਕਹਿ ਰਹੀਆਂ ਤੇ ਸਰਕਾਰ ਕਿਤੇ ਦਿਖਦੀ ਨਹੀਂ। ਇਹ ਹਾਲਾਤ ਬਣੀ ਹੈ। ਇਹੀ ਕੇਸ ਉਸੇ ਨਾਲ ਮੈਂ ਜੋੜ ਕੇ ਗੱਲ ਕਰਦਾ, ਇਹ ਮੌੜ ਮੰਡੀ ਦੀ ਜਿਹੜੀ ਕਾਂਸਟੀਚੁਐਂਸੀ ਆ ਉਹਦੇ 'ਚ ਭੁੰਦੜ ਦੇ ਇੱਕ ਹੋਰ ਨਾਲ ਦਾ ਪਿੰਡ ਆ, ਉੱਥੇ 2-2.5 ਹਜ਼ਾਰ ਬੰਦੇ ਇਕੱਠੇ ਹੋ ਕੇ ਪ੍ਰੋਟੈਸਟ ਕਰ ਰਹੇ ਸੀ। ਪ੍ਰੋਟੈਸਟ ਕਿਸ ਗੱਲ ਦਾ ਕਰ ਰਹੇ ਸੀ ਕਿ ਇੱਕ ਬੰਦਾ ਮੁੰਡਾ ਕਿੰਦਾ ਨਾਂ ਦਾ ਜਿਹੜਾ ਫੜਦਾ ਜਿਹੜਾ ਜਿਹਨੂੰ ਫੜਿਆ ਉਹਨਾਂ ਨੇ ਤੇ ਫੜ ਕੇ ਪੁਲਿਸ ਦੇ ਦਿੱਤਾ, ਉਹਨਾਂ ਨੂੰ ਇਹ ਸੀ ਕਿ ਨਸ਼ਾ ਇੱਥੇ ਵੇਚਦਾ। ਉਹਨਾਂ ਹੀ ਕਮੇਟੀਆਂ ਨੇ ਜਿਹੜੀਆਂ ਉੱਥੇ ਕਮੇਟੀਆਂ ਆਲਰੇਡੀ ਬਣੀਆਂ ਹੋਈਆਂ, ਜਿਹਨੂੰ ਫੜ ਕੇ ਦੇ ਦਿੱਤਾ ਤੇ ਉਹਦੀ 15 ਦਿਨਾਂ 'ਚ ਜ਼ਮਾਨਤ ਹੋ ਗਈ। ਉਹ ਗੱਲ ਲੱਗ ਗਿਆ ਕਿ ਖਹਿਰੇ ਦੀ ਨਹੀਂ ਹੋ ਰਹੀ, ਹੋਰਨੀ ਦੀ ਹੋ ਰਹੀ, ਕਿਉਂਕਿ ਉਹਦੇ ਤੇ ਪੋਲੀਟੀਕਲੀ ਹੈ ਨਾ ਸਾਰਾ ਚੱਲ ਰਿਹਾ। ਪਰ ਉਸ ਬੰਦੇ ਦੀ 15 ਦਿਨਾਂ ਬਾਅਦ ਜਦੋਂ ਜ਼ਮਾਨਤ ਹੋ ਗਈ ਤੇ ਇਹਨਾਂ ਕਮੇਟੀਆਂ ਦੇ ਬੰਦਿਆਂ ਨੂੰ ਲੱਗਾ ਜਿਨ੍ਹਾਂ ਨੇ ਫੜ ਕੇ ਉਹਦੇ ਤੇ ਕੇਸ ਬਣਵਾਇਆ ਸੀ ਵੀ ਇਹ ਸਾਡੇ ਤੇ ਹੁਣ ਹਮਲਾ ਕਰੂਗਾ ਤੇ ਪੁਲਿਸ ਨੇ ਸਾਡੀ ਕੋਈ ਮਦਦ ਬਹੁਤੀ ਕਰਨੀ ਨਹੀਂ, ਇਸ ਲਈ ਇੰਜ ਨਾ ਹੋਵੇ ਕਿ ਅਸੀਂ ਉਹਨੂੰ ਪਹਿਲਾਂ ਹੀ ਪੁੱਛ ਲਈਏ ਉਹਦੇ ਨਾਲ ਤੇ ਉਹਦੇ ਨਾਲ 2 ਹੱਥ ਹੋ ਲਈਏ। ਉਹਨੂੰ ਬੁਲਾ ਕੇ ਇਹਨਾਂ ਨੇ ਕੋਈ ਕੀਤਾ ਹੋਣਾ, ਉਹ ਇਹੋ ਜਿਹਾ ਰੌਲਾ ਪਿਆ ਕਿ ਉਹ ਕੁੱਟ ਕੁੱਟ ਖਾ ਗਿਆ, ਕਿੱਦਾਂ ਬਹੁਤ ਜ਼ਿਆਦਾ ਉਹਨੂੰ ਕੁੱਟਿਆ ਮਾਰਿਆ, ਔਰ ਉਹ ਕੁੱਟਮਾਰ ਦੇ ਵਿੱਚ ਉਹ ਤੇ ਹਸਪਤਾਲ ਪਿਆ, ਜਿਹਨੂੰ ਪੁਲਿਸ ਨੇ ਜਿਹਨੂੰ ਕੋਰਟਾਂ ਨੇ ਛੱਡ ਦਿੱਤਾ ਸੀ, ਕਿਉਂਕਿ ਪੁਲਿਸ ਨੇ ਉਹਦਾ ਕੇਸ ਹੀ ਨਹੀਂ ਤਕੜੇ ਤੌਰ ਤੇ ਕੀਤਾ ਹੋਊਗਾ ਨਾ, ਜੇ ਕੇਸ ਐਡਾ ਵੀਕ ਬਣਾਇਆ ਤੇ ਉਹਨੂੰ ਜ਼ਮਾਨਤ ਮਿਲ ਗਈ, ਨਹੀਂ ਤੇ NDPS ਐਕਟ ਦੇ ਵਿੱਚ ਜ਼ਮਾਨਤ ਨਹੀਂ ਮਿਲਦੀ, ਤੁਹਾਨੂੰ ਪਤਾ ਇਸ ਗੱਲ ਦਾ। ਉਹ ਕੇਸ ਐਡਾ ਵੀਕ ਬਣਾਇਆ, ਬਾਹਰ ਆਇਆ, ਉਸ ਦੀ ਹਾਲਾਤ ਖਰਾਬ ਆ, ਉਹ ਸ਼ਾਇਦ ਅਨਕੌਂਸ਼ੀਅਸ ਪਿਆ, ਜਦਕਿ ਇੱਧਰ ਪੁਲਿਸ ਨੇ 8 ਬੰਦਿਆਂ ਦੇ ਉੱਤੇ FIR ਦਰਜ ਕਰਤੀਆਂ ਤੇ ਜਿਹੜਾ ਪ੍ਰੋਟੈਸਟ ਵੱਡਾ ਹੋਇਆ 2-2.5 ਹਜ਼ਾਰ ਬੰਦਿਆਂ ਦਾ, ਉਹ ਇਹੀ ਮੰਗ ਕਰ ਰਹੇ ਆ ਕਿ ਇਹਨਾਂ ਸਾਰੇ ਬੰਦਿਆਂ ਦੀ ਜਿਹੜੀ FIR ਕੈਂਸਲ ਕੀਤੀਆਂ ਜਾਣ, ਨਹੀਂ ਤੇ ਤੁਸੀਂ ਨਸ਼ੇ ਜਿਹੜੇ ਹਟਾਉਂਦੇ ਨਹੀਂ ਜਦੋਂ ਅਸੀਂ ਕੋਸ਼ਿਸ਼ ਕਰਦੇ ਹਾਂ ਤੇ ਸਾਡੀ ਵੀ ਤੁਸੀਂ ਚੱਲਣ ਨਹੀਂ ਦਿੰਦੇ। ਇਹ ਹੈ ਅੱਜ ਦੇ ਨਸ਼ਿਆਂ ਦੀ ਮੂੰਹ ਬੋਲਦੀ ਤਸਵੀਰ ਪੰਜਾਬ ਦੀ ਤ੍ਰਾਸਦੀ। ਇਸ ਤੋਂ ਇਲਾਵਾ ਪ੍ਰੋਫੈਸਰ ਸਾਹਿਬ ਦੇਖੀਏ ਕਿ ਆਪਾਂ ਜਿਵੇਂ ਦੇਖਿਆ ਕਿ ਗਵਰਨਰ ਸਾਹਿਬ ਵੀ ਇੱਕ ਪੈਰਲਰ ਗਵਰਨਮੈਂਟ ਦੀ ਤਰ੍ਹਾਂ ਕੰਮ ਕਰ ਰਹੇ ਨੇ, ਇਸ ਤੋਂ ਇਲਾਵਾ ਹੋਰ ਵੀ ਦੇਖੀਏ ਕਿ ਜਿਉਂ ਜਿਉਂ 2024 ਆ ਰਹੀ ਆ ਤਾਂ ਜਿਹੜੀਆਂ ਸਰਕਾਰਾਂ ਨੇ ਜਾਂ ਸਰਕਾਰਾਂ ਦੇ ਵਿੱਚ ਵੀ ਫੇਰ ਬਦਲੀ ਹੋ ਰਹੀ ਆ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਜ਼ ਵੀ ਨੇ
ਇਹ ਵੀ ਕਦੇ ਇੱਧਰ ਜਾਂਦੀਆਂ ਨੇ ਕਦੇ ਉੱਧਰ ਜਾਂਦੀਆਂ ਨੇ ਕਈਆਂ ਦੀ ਘਰ ਵਾਪਸੀ ਹੋ ਰਹੀ ਆ ਆਪਾਂ ਗੱਲ ਕਰੀਏ ਕਿ ਕਾਂਗਰਸ ਦੀ ਕਾਂਗਰਸ ਦੇ ਵਿੱਚੋਂ ਪਹਿਲਾਂ ਜਦੋਂ ਜਿਹੜੇ ਕੁਛ ਕਾਂਗਰਸ ਦੇ ਸੀਨੀਅਰ ਲੀਡਰ ਛੱਡ ਗਏ ਸੀ ਰਾਜਕੁਮਾਰ ਬੇਰਕਾ ਜੀ ਬਲਵੀਰ ਸਿੰਘ ਸੀ ਜਿਹੜੇ ਬਲਵੀਰ ਸਿੰਘ ਸਿੱਧੂ ਸਿਹਤ ਮੰਤਰੀ ਸੀ ਉਹ ਛੱਡ ਗਏ ਸੀ ਉਹ ਦੁਬਾਰਾ ਉਹਨਾਂ ਦੀ ਘਰ ਵਾਪਸੀ ਹੋ ਰਹੀ ਆ ਜਦੋਂ ਘਰ ਵਾਪਸੀ ਹੋ ਰਹੀ ਆ ਤੇ ਜਿਹੜੇ ਮੌਜੂਦਾ ਕਾਂਗਰਸ ਦੇ ਵਿੱਚ ਵਰਕਰ ਨੇ ਉਹਨਾਂ ਦੇ ਵਿੱਚ ਇਹ ਖੌਫ ਵੀ ਹੈਗਾ ਕਿ ਦੁਬਾਰਾ ਆਉਣਗੇ ਫਿਰ ਇਹ ਹਾਇਰ ਜਿਹੜੀਆਂ ਪੋਜੀਸ਼ਨਾਂ ਤੇ ਆ ਜਾਣਗੇ ਪ੍ਰੋਫੈਸਰ ਸਾਹਿਬ ਇਹ ਜਿਹੜੀ ਪੋਲੀਟੀਕਲ ਜਿਹੜੀ ਇਹਦੀ ਸਿਚੁਏਸ਼ਨ ਕੀ ਬਣ ਗਈ ਆ ਕਿਉਂਕਿ ਲੋਕਾਂ ਦਾ ਭਰੋਸਾ ਲੋਕ ਕਿਸੇ ਤੇ ਭਰੋਸਾ ਕਰਦੇ ਨੇ ਕਿਸੇ ਪਰਸਨ ਤੇ ਭਰੋਸਾ ਕਰਦੇ ਨੇ ਫਿਰ ਉਹ ਪਰਸਨ ਆਪਣੇ ਪੋਲੀਟੀਕਲ ਸਵਾਰਥ ਦੇ ਲਈ ਕਈ ਪਾਰਟੀਆਂ ਬਦਲ ਜਾਂਦਾ ਉਹ ਕਦੇ ਕਿਸੇ ਪਾਰਟੀ ਜਾਂਦਾ ਕਈ ਵਾਰ ਉਹ ਸ਼ਾਇਦ ਆਪਾਂ ਕਹਿ ਸਕਦੇ ਦੂਜੇ ਪਾਸ ਭਾਸ਼ਾ ਨਾਲ ਕਿ 84 ਲੱਖ ਜੂਨਾ ਇੱਥੇ ਭੁਗਤ ਜਾਂਦਾ ਪ੍ਰੋਫੈਸਰ ਸਾਹਿਬ ਇੱਥੇ ਲੋਕਾਂ ਦਾ ਕੀ ਵਿਸ਼ਵਾਸ ਹੋਵੇਗਾ ਫਿਰ ਨਹੀਂ ਦੇਖੋ ਵਿਸ਼ਵਾਸ ਵਿਸ਼ਵਾਸ ਵਾਲੀਆਂ ਗੱਲਾਂ ਤੇ ਪੁਰਾਣੀਆਂ ਹੋ ਗਈਆਂ ਹੁਣ ਤੇ ਜਿਸ ਤਰ੍ਹਾਂ ਬਿੱਲੀ ਚੂਹਾ ਖਰਗੋਸ਼ 24 ਘੰਟੇ ਜੰਗਲ ਦੀ ਪਰਿਸਥਿਤੀ 'ਚ ਕੰਨ ਖੜੇ ਕਰਕੇ ਸਤਰਕ ਰਹਿੰਦੇ ਆ ਕਿ ਇੱਧਰੋਂ ਵੀ ਨਾ ਕੋਈ ਪੈ ਜਾਵੇ ਇੱਧਰੋਂ ਵੀ ਨਾ ਕੁਝ ਪੈ ਜਾਵੇ ਉਸੇ ਤਰ੍ਹਾਂ ਹੀ ਜੀਵਨ ਲੰਘਦਾ ਇਹ ਸਿਸਟਮ ਦੇ ਉੱਤੇ ਤਾਂ ਕੋਈ ਭਰੋਸਾ ਨਹੀਂ ਬਸ ਲੋਕਾਂ ਨੂੰ ਇੰਝ ਹੀ ਕੰਨ ਖੜੇ ਕਰਕੇ ਹੀ ਜੀਣ ਵਾਲੀ ਗੱਲ ਹੋ ਗਈ ਹੈ ਜਿਹੜਾ ਸਤਰਕ ਰਹਿੰਦਾ ਉਹ ਬਚਿਆ ਰਹਿੰਦਾ ਬਾਕੀ ਕਿਤੇ ਮਾਂਜਿਆ ਜਾਂਦਾ ਗੁਰਦੀਪ ਜੀ ਇਹ ਜਿਹੜੀ ਗੱਲ ਤੁਸੀਂ ਆਇਆ ਰਾਮ ਗਿਆ ਰਾਮ ਵਾਲੀ ਗੱਲ ਸੀ ਜੀ ਇਹ ਤੇ ਸੱਚੀ ਮੁੱਚੀ ਬੜੀ ਹਾਸੋਹੀਣੀ ਗੱਲ ਸੀ ਇੰਝ ਹੋਇਆ ਇੰਝ ਆ ਕਿ ਸੁਨੀਲ ਜਾਖੜ ਹੈ ਜਿਹੜੇ ਕਿ ਹੁਣ ਬੀਜੇਪੀ ਦੇ ਪ੍ਰਧਾਨ ਬਣੇ ਆ ਉਹਨਾਂ ਨੇ ਕਾਫੀ ਬੰਦੇ ਇਕੱਠੇ ਕਰਕੇ ਕਿਹਾ ਕਿ ਕੰਮ ਤੁਹਾਡਾ ਹੋਣ ਵਾਲਾ ਜੇ ਤੁਹਾਡੇ ਦੇ ED ਤੇ ਫਲਾਨਾ ਤੇ IB ਤੇ ਇਨਕਮ ਟੈਕਸ IT ਦੇ ਛਾਪੇ ਵੱਜਣੇ ਆ ਚੁੱਪ ਕਰਕੇ ਡੰਡਾ ਬਿਸਤਰਾ ਬੋਰੀਆ ਚੱਕੋ ਝੋਲਾ ਥੈਲਾ ਚੁੱਕੋ ਤੇ ਆਪਾਂ ਜਾ ਵੜਦੇ ਹਾਂ BJP 'ਚ ਬਾਅਦ 'ਚ ਦੇਖ ਲਾਂਗੇ ਤੁਸੀਂ ਇੱਕ ਵਾਰੀ ਆ ਜਾਓ ਉੱਥੇ ਜਦੋਂ ਵੱਡਾ ਕਾਫਲਾ 8-9 ਬੰਦੇ ਵਿੱਚ ਕੈਪਟਨ ਤੇ ਮੇਰੇ ਖਿਆਲ ਕੈਪਟਨ ਦੀ ਘਰ ਦੀ ਵੀ ਸ਼ਾਇਦ ਜੁਆਇਨ ਕਰ ਗਈ ਤੇ ਹੋਰ ਕਈ ਬੰਦੇ ਸਾਰੇ ਜਿਹੜੇ ਜੁਆਇਨ ਕਰ ਗਏ ਇਹ ਵੀ ਜਿਨ੍ਹਾਂ ਦਾ ਨਾਂ ਲਿਆ ਗੁਰਪ੍ਰੀਤ ਕਾਂਗੜ ਵੀ ਸੀ ਹੋਰ ਵੀ ਕਈ ਸੀਗੇ ਇਹ ਜਦੋਂ ਉੱਥੇ ਕਾਫੀ 5-6 ਸ਼ਾਇਦ ਮਿਨਿਸਟਰ ਤੱਕ ਦੇ ਜਿਹੜੇ ਰਹਿ ਚੁੱਕੇ ਉਹ ਜੁਆਇਨ ਕਰ ਗਏ ਸੀ ਉੱਧਰ ਉਹ ਜਦੋਂ ਚਲੇ ਗਏ ਤਾਂ ਉਹਦਾ ਫਲ ਜਿਹੜਾ ਸੀਗਾ ਇੱਕਦਮ ਸੁਨੀਲ ਜਾਖੜ ਹੋਣਾ ਤੇ ਮਿਲ ਗਿਆ ਵੀ ਲੈ ਜੀ ਇਹ ਆ ਜਿਹੜਾ ਲੀਡਰ ਜਿਹਨੇ ਇੰਨਾ ਵੱਡੀ ਉੱਥੇ ਪਾਰਟੀ ਦਾ ਬਿਲਕੁਲ ਪੱਠਾ ਬਿਠਾ ਤਾ ਇੱਧਰੋਂ ਜਿਹੜੇ ਪ੍ਰਧਾਨ ਸੀਗੇ ਕਾਂਗਰਸ ਦੇ ਅਮਰਿੰਦਰ ਰਾਜਾ ਵੜਿੰਗ ਉਹ ਬੜੇ ਖੁਸ਼ ਹੋਏ ਵੀ ਲੈ ਇਹ ਜਿਹੜੇ ਸਾਰੇ ਆ ਵੱਡੇ ਵੱਡੇ ਆਪਣੇ ਆਪ ਨੂੰ ਚੌਧਰੀ ਸਮਝਦੇ ਸੀ ਇੱਥੋਂ ਗਏ ਸਾਡਾ ਗੱਡੇ ਦਾ ਹੌਲਾ ਭਾਰ ਸਾਹਦੇ ਮੋਹਰੇ ਸਾਡੇ ਗੱਡੇ ਦਾ ਭਾਰ ਹੌਲਾ ਹੋ ਗਿਆ ਸਾਨੂੰ ਕੋਈ ਬਹੁਤਾ ਹੁਣ ਦਿੱਕਤ ਨਹੀਂ ਤੇ ਸਾਰਿਆਂ ਨੂੰ ਅਸੀਂ ਕੋਈ ਨਾ ਕੋਈ ਵਜ਼ੀਰੀਆਂ ਜਾਂ ਲੀਡਰੀਆਂ ਵੰਡ ਸਕਦੇ ਹਾਂ ਤੇ ਅਸੀਂ ਸਾਰੇ ਹੀ ਪਾਰਟੀ ਦੀ ਸੱਤਾ ਦਾ ਆਨੰਦ ਮਾਣ ਸਕਦੇ ਹਾਂ ਤੇ ਇਹਨਾਂ ਵੱਲੋਂ ਹੋਇਆ ਕਿ ਚੰਗਾ ਹੋਇਆ ਮੇਰਾ ਚਰਖਾ ਟੁੱਟਾ ਤੇ ਜਿੰਦ ਅਜਾਬੋਂ ਛੁੱਟੀ ਇਹ ਉਹਨਾਂ ਨੂੰ ਬੜਾ ਖੁਸ਼ੀ ਹੋਈ ਔਰ ਜਦੋਂ ਉਹਨਾਂ ਨੇ ਜਾਣ ਤੋਂ ਪਹਿਲਾਂ ਬਲਵੀਰ ਸਿੰਘ ਸਿੱਧੂ ਨੇ ਕਿਹਾ ਕਿ ਮੇਰੀ ਤਰੀਫ ਤੇ ਪੰਜਾਬ ਦੇ ਹੈਲਥ ਸਿਸਟਮ ਦੀ ਮੇਰੀ ਪਾਰਟੀ ਨੇ ਨਹੀਂ ਕੀਤੀ ਉਹ ਕੀਤੀ ਸਾਡੇ ਵੱਡੇ ਲੀਡਰ ਨਰਿੰਦਰ ਮੋਦੀ ਜੀ ਨੇ ਤੇ ਇਸ ਲਈ ਮੈਨੂੰ ਤੇ ਉਹ ਬਹੁਤ ਦਿਲੋਂ ਉਹਨਾਂ ਲਈ ਪਿਆਰ ਆਇਆ ਤੇ ਮੈਨੂੰ ਇਹ ਵੀ ਲੱਗਦਾ ਕਿ ਦੇਸ਼ ਦੇ ਵਿੱਚ ਇੱਕੋ ਹੀ ਵੱਡਾ ਲੀਡਰ ਹੈ ਜਿਹੜਾ ਦੇਸ਼ ਨੂੰ ਬਚਾ ਸਕਦਾ ਤੇ ਮੇਰੇ ਲਈ ਇਹ ਕਾਫੀ ਸੀ ਕਿ ਮੈਂ ਇੰਨਾ ਪ੍ਰਭਾਵਿਤ ਹੋ ਗਿਆ ਮੈਂ ਕਿਹਾ ਕਿ ਉਹਦੀ ਲੀਡਰਸ਼ਿਪ ਥੱਲੇ ਹੀ ਕੰਮ ਕਰਨਾ ਇਹ ਉਹਨਾਂ ਨੇ ਜਾਣ ਤੋਂ ਪਹਿਲਾਂ ਆਪਣੇ ਬਿਆਨਬਾਜ਼ੀ ਕੀਤੀ ਹੁਣ ਇੱਧਰੋਂ ਇਹ ਸੀਗੀ ਕਾਂਗਰਸ ਦੀ ਬਿਆਨਬਾਜ਼ੀ ਇਹ ਸੀਗੀ ਜਿਹੜੇ ਇਹਨਾਂ ਦੇ ਲੀਡਰਾਂ ਦੀ ਤੁਸੀਂ ਬਾਕੀ ਦਿਆਂ ਨੂੰ ਛੱਡ ਲਓ ਵੇਰਕਾ ਨੂੰ ਛੱਡ ਲਓ ਕਾਂਗੜ ਨੂੰ ਛੱਡ ਲਓ ਬਲਵੀਰ ਸਿੱਧੂ ਦੀ ਗੱਲ ਕਰ ਲਓ ਜਿਹੜੇ ਹੈਲਥ ਮਿਨਿਸਟਰ ਸੀ ਉਹਦੇ ਭਰਾ ਨੂੰ ਮੇਅਰ ਦਿੱਤਾ ਉਹਦੇ ਸ਼ਾਇਦ ਮੁੰਡੇ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਇੱਕ ਨੂੰ ਕਿਸੇ ਕਮੇਟੀ ਦਾ ਚੇਅਰਮੈਨ ਵੀ ਬਣਾਇਆ ਵੀ ਇਹਦੇ ਪਰਿਵਾਰ 'ਚ ਅਸੀਂ 4 ਵੱਡੀਆਂ ਪੋਜੀਸ਼ਨਾਂ ਦਿੱਤੀਆਂ ਹੋਰ ਅਸੀਂ ਹੁਣ ਇਹਨਾਂ ਦੀਆਂ ਮੱਝਾਂ ਗਾਵਾਂ ਕੁੱਤਿਆਂ ਨੂੰ ਵੀ ਕੋਈ ਪੋਜੀਸ਼ਨਾਂ ਦੇਣੀਆਂ ਸੀ ਇਹਨੇ ਇਹੋ ਜਿਹੇ ਬੰਦਿਆਂ ਨੂੰ ਇਹੋ ਜਿਹੇ ਲਾਲਚੀ ਬੰਦਿਆਂ ਨੂੰ ਇਹ ਪਰਮਾਤਮਾ ਦੂਰ ਰੱਖੋ ਅਸੀਂ ਬੜੇ ਖੁਸ਼ ਹਾਂ ਇਹ ਚਲੇ ਗਏ ਵਾਹਵਾ ਭਲੀ ਹੁਣ ਅਸੀਂ ਵੜ ਨਹੀਂ ਦਿਆਂਗੇ ਇਹ ਰਾਜਾ ਵੜਿੰਗ ਹੋਣਾ ਨੇ ਬਿਆਨ ਦਿੱਤੇ ਉਦੋਂ ਤੁਹਾਨੂੰ ਸ਼ਾਇਦ ਯਾਦ ਹੋਵੇ ਜੇ ਧਿਆਨ ਦਿੱਤਾ ਹੋਵੇ ਹੁਣ ਕੀ ਹੋਇਆ ਹੁਣ ਇਹ ਕਨਸੋਵਾਂ ਆਉਣ ਲੱਗੀਆਂ ਇਹਨਾਂ ਨੇ ਕਿਹਾ ਉਹ ਸਾਨੂੰ ਤੇ ਕੋਈ ਪੁੱਛਦਾ ਨਹੀਂ ਸਾਡਾ ਹੁਣ ਵੇਲਾ ਲੰਘ ਗਿਆ ਹੁਣ ਨਹੀਂ ਕੇਸ ਬਣਨੇ ਹੁਣ ਸਾਨੂੰ ਵਾਪਸ ਲੈ ਆਓ ਨਾਲੇ ਸੁਨੀਲ ਜਾਖੜ ਦਾ ਜਿਹੜਾ ਉਹਦਾ ਦਾਅ ਲੱਗਣਾ ਸੀ ਲੱਗ ਗਿਆ ਹੁਣ ਅਸੀਂ ਆਪਣਾ ਵਾਪਸ ਆਪਣੇ ਘਰ ਆ ਜਾਵਾਂਗੇ ਤਾਂ ਕਿ ਸਾਡੇ ਪੰਜਾਬ ਦੇ ਵਿੱਚ 2 ਕਾਂਗਰਸ ਪਾਰਟੀਆਂ ਹੋ ਜਾਣਗੀਆਂ ਇੱਕ ਹੋਊਗੀ ਭਖਵੇਂ ਰੰਗ ਦੀ ਕਾਂਗਰਸ ਸੁਨੀਲ ਜਾਖੜ ਵਾਲੀ ਇੱਕ ਹੋਊਗੀ ਤਿਰੰਗੀ ਕਾਂਗਰਸ 3 ਰੰਗਾਂ ਵਾਲੀ ਜਿਹੜੀ ਪੁਰਾਣੀ ਕਾਂਗਰਸ ਹੈ ਉਹ ਹੋਊਗੀ ਰਾਜਾ ਵੜਿੰਗ ਵਾਲੀ ਇਸ ਕਿਸਮ ਦਾ ਉਹਨਾਂ ਦਾ ਜਿਹੜਾ ਮਨਸੂਬਾ ਮੈਨੂੰ ਲੱਗਦਾ ਕਾਫੀ ਸਿਰ ਚੜ ਗਿਆ ਸਿਰੇ ਜਦੋਂ ਇਹ ਬੰਦੇ ਵਾਪਸ ਆਏ ਆ ਮੈਂ ਕਿਉਂਕਿ ਮੈਂ ਤੈਨੂੰ ਕਿਉਂ ਡਿਟੇਲ ਦੱਸ ਰਿਹਾ ਹੁਣੇ ਉਹਨਾਂ ਦਾ ਬੰਦਾ ਰੋਂਦਾ ਪਿੱਟਦਾ ਮੇਰੇ ਕੋਲ ਸਾਡੇ ਨਾਲ ਮੈਨੂੰ ਆਪਣੀ ਜਿਹੜੀ ਉਹ ਅਜੇ ਵੀਡੀਓ ਆਈ ਨਹੀਂ ਉਹ ਆਜੂਗੀ ਸ਼ਾਮ ਤੱਕ ਆ ਜਾਣੀ ਆ ਜਾਂ ਹੁਣ ਜਦੋਂ ਅਸੀਂ ਗੱਲ ਕਰ ਰਹੇ ਸ਼ਾਇਦ ਉਦੋਂ ਤੱਕ ਆ ਗਈ ਹੋਊਗੀ ਉਹ ਰਿਕਾਰਡ ਉਹਨੇ ਕੀਤੀ ਹੋਈ ਮੈਨੂੰ ਸੁਣਾਈ ਆ ਇਹਨਾਂ ਦਾ ਕਾਂਗਰਸ ਦਾ ਪ੍ਰਵਕਤਾ ਆ ਇੱਥੋਂ ਦਾ ਲੋਕ ਸਭਾ ਦਾ
ਪਰ ਜਿਹੜੀ ਆਨੰਦਪੁਰ ਸਾਹਿਬ ਲੋਕ ਸਭਾ ਹੈਗੀ ਉਹਦਾ ਪ੍ਰਧਾਨ ਆ ਉਹ ਜੀ। ਹਾਂ ਉਹ ਮੈਨੂੰ ਖੁਦ ਉੱਥੇ ਬੋਲ ਕੇ ਤੇ ਉਹਨੇ ਆਪਣੀ ਰਿਕਾਰਡਿੰਗ ਦਿਖਾਈ ਹੈ ਕਿ ਆਹ ਮੈਂ ਉਹਨੂੰ ਰਿਕਾਰਡ ਕਰਾ ਕੇ ਚੱਲਿਆ। ਵਰਕਰ ਕੀ ਕਹਿ ਰਹੇ ਜਿਹੜੀ ਤੁਸੀਂ ਗੱਲ ਕਹਿ ਰਹੇ ਜਾਂ ਰਾਜਾ ਵੜਿੰਗ ਕੀ ਕਹਿ ਰਿਹਾ ਜਾਂ ਹੋਰ ਪ੍ਰਤਾਪ ਬਾਜਵਾ, ਇਹਨਾਂ ਦਾ ਸਾਰਾ ਇਹ ਆ ਵੀ ਯਾਰ ਸਾਡੀ ਮੁਸ਼ਕਲ ਨਾਲ ਇਹ ਗਏ ਸੀਗੇ ਇੱਥੋਂ, ਸਾਡੇ ਗਲੋਂ ਲੱਥੇ ਸੀ, ਹੁਣ ਇਹ ਫੇਰ ਗਲ ਪੈਣ ਨੂੰ ਫਿਰਦੇ ਆ। ਵੈਸੇ ਇਹੀ ਲੀਡਰ ਉਹਨਾਂ ਨੂੰ ਦਿੱਲੀ ਵੀ ਲੈ ਗਏ, ਹੁਣ ਪਤਾ ਨਹੀਂ ਉਹਨਾਂ ਨੂੰ ਬਦਨਾਮ ਕਰਨ ਲਈ ਜਿਸ ਤਰ੍ਹਾਂ ਹੁੰਦਾ ਨਾ ਵੀ ਲੈ ਜਾਓ ਨਾਲ ਤੁਰੇ ਫਿਰੋ, ਸਾਡੇ ਤੇ ਆਪੇ ਬਦਨਾਮ ਤੇ ਹੋ ਹੀ ਜਾਣਗੇ। ਪਹਿਲਾਂ ਗਏ ਰਾਹੁਲ ਗਾਂਧੀ ਕੋਲ, ਉਹਨੇ ਕਿਹਾ ਮੈਂ ਨਹੀਂ ਮਿਲਦਾ ਇਹਨਾਂ ਨੂੰ, ਇਹ ਜਿਹੜੇ ਉਧਰੋਂ ਜਾ ਆਏ ਆ ਤੇ ਇਹਦੇ ਮੇਰੇ ਤੋਂ ਦੂਰ ਹੀ ਰੱਖੋ। ਫਿਰ ਕਿਹਾ ਚਲੋ ਜੇ ਰਾਹੁਲ ਨਹੀਂ ਤੇ ਥੱਲੇ ਵਾਲੇ ਨੂੰ ਮਿਲਾ ਦਿਓ, ਪ੍ਰਧਾਨ ਨੂੰ ਮਿਲਾ ਦਿਓ, ਪ੍ਰਧਾਨ ਦਾ ਜਿਹੜਾ ਕਾਂਗਰਸ ਦਾ ਹੈਗਾ ਹੈ ਖੜਗੇ ਖੜਗੇ ਨੂੰ ਮਿਲਾ ਦਿਓ ਤੇ ਮਲਿਕਾਰਜਨ ਖੜਗੇ ਨੂੰ, ਤੇ ਉਹਨੇ ਕਹਿੰਦਾ ਨਾ ਭਾਈ ਮੇਰੇ ਤੋਂ ਵੀ ਦੂਰ ਰੱਖੋ। ਇਹ ਬੜੇ ਹੋ ਗਏ, ਠੇਠ ਹੋ ਗਏ ਕਿ ਯਾਰ ਹੁਣ ਕੀ ਕਰੀਏ, ਸਾਨੂੰ ਕੋਈ ਪੁੱਛਦਾ ਨਹੀਂ, ਅਸੀਂ ਵੜਨ ਨੂੰ ਫਿਰਦੇ ਹਾਂ, ਦਰਵਾਜ਼ਾ ਨਹੀਂ ਖੋਲ੍ਹਦੇ। ਉਹ ਫਿਰ ਵੇਣੂਗੋਪਾਲ ਨਾਲ ਕਹਿੰਦੇ ਉੱਥੇ ਗੱਲਬਾਤ ਹੋ ਗਈ ਕਿ ਠੀਕ ਹੈ ਤੁਹਾਨੂੰ ਜੁਆਇਨ ਕਰਵਾ ਲਈਏ। ਇਹ ਕਹਿ ਕੇ ਉਹਨਾਂ ਨੇ ਜੁਆਇਨ ਨਹੀਂ ਕਰਵਾਇਆ, ਇੱਥੇ ਭੇਜਤਾ ਵੀ ਚਲੋ ਤੁਹਾਨੂੰ ਤੁਸੀਂ ਜਾ ਕੇ ਪੰਜਾਬ 'ਚ ਜੁਆਇਨ ਕਰ ਲਓ। ਠੀਕ, ਹੁਣ ਪੰਜਾਬ ਵਾਲਿਆਂ ਨੇ ਰੇੜਕਾ ਪਾ ਲਿਆ ਇੱਧਰੋਂ ਥੱਲਿਓਂ, ਹਾਲਾ ਲਾਲਾ ਵਰਕਰਾਂ ਦੀ ਵੀ, ਇਹਦਾ ਕੀ ਮਤਲਬ ਹੈ ਜਦੋਂ ਮਰਜ਼ੀ ਚਲੇ ਜਾਓ ਤੁਸੀਂ, ਕਦੇ ਉੱਧਰ ਚਲੇ ਜਾਓ ਕਦੇ ਇੱਧਰ ਚਲੇ ਜਾਓ, ਸਾਨੂੰ ਇਹ ਬਿਲਕੁਲ ਕਤਈ ਮਨਜ਼ੂਰ ਨਹੀਂ ਹੈ। ਰੋਸ ਬਹੁਤ ਜ਼ਿਆਦਾ ਆ, ਜਿਨ੍ਹਾਂ ਦਾ ਦਾ ਲੱਗਾ, ਜਿਹਨਾਂ ਦੀ ਪ੍ਰਮੋਸ਼ਨ ਹੋ ਗਈ, ਅੱਗਿਓਂ ਜਿਹੜੇ ਸੀਨੀਅਰ ਬੰਦੇ ਰਿਟਾਇਰ ਹੋ ਜਾਣ ਥੱਲਿਓਂ ਪ੍ਰਮੋਸ਼ਨ ਨਹੀਂ ਹੋ ਜਾਂਦੀ, ਉਹ ਉਹਨਾਂ ਦਾ ਕਹਿਣਾ ਆ। ਮੈਂ ਹੁਣ ਅਖਬਾਰ 'ਚ ਪੜ੍ਹ ਰਿਹਾ ਸੀਗਾ 10 ਸਾਲ, ਵੈਸੇ ਮੈਂ ਇੱਕ TV ਤੇ ਕਹਿ ਆ ਕਿ ਇਹਨਾਂ ਕੋਲੋਂ ਘੱਟੋ ਘੱਟ ਵੀ 5 ਸਾਲ ਤੱਪੜ ਤੇ ਵਿਸ਼ਵਾਓ ਜਿਵੇਂ ਆਮ ਵਰਕਰ ਵਿਸ਼ਵਾ, ਇਹਨਾਂ ਨੂੰ ਕਹੋ ਖਬਰਦਾਰ 5 ਸਾਲ ਤੁਹਾਨੂੰ ਕੋਈ ਨਹੀਂ, ਉਹ ਤੋਂ ਬਾਅਦ ਤੁਹਾਡਾ ਰੀਵਿਊ ਕਰਾਂਗੇ, ਜੇ ਤੁਹਾਡੀ ਪਰਫਾਰਮੈਂਸ ਠੀਕ ਹੋਊਗੀ, ਤੁਸੀਂ ਲੋਇਲਟੀ ਆਪਣੀ ਵਫਾਦਾਰੀ ਪੂਰੀ ਉਤਰੋਗੇ ਤੇ ਫਿਰ ਅਸੀਂ ਤੁਹਾਨੂੰ ਸੋਚ ਸਕਦੇ ਹਾਂ, ਨਹੀਂ ਤੇ ਤੁਸੀਂ ਉਹਨਾਂ ਦੇ ਵਰਕਰ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹਨਾਂ ਨੂੰ 10 ਸਾਲ ਦਾ ਦੁਬਾਰਾ ਇਹ ਇਹਨਾਂ ਦੀ ਜਿਹੜੀ ਆ ਟ੍ਰੇਨਿੰਗ ਕਰਵਾਓ ਤਾਂ ਕਿ ਇਹ ਪੱਕੇ ਠੱਕੇ ਹੋਣ ਤੇ ਉੱਧਰ ਵਾਲੇ ਜਿਹੜੇ ਸਾਰੇ ਕਿਰਮ ਜਰਮ ਭਖਵੇਂ ਜਰਮ ਲੈ ਕੇ ਆਏ ਆ ਉਹਨਾਂ ਨੂੰ ਬਾਰ ਬਾਰ ਉੱਤੇ ਸਪਰੇਅ ਕਰਕੇ ਗੰਗਾ ਜਲ ਇਹ ਛਿੜਕ ਛਿੜਕ ਕੇ ਉਹ ਮਰਵਾਓ, ਤਾਂ ਕਿ ਇਹਨਾਂ ਦੇ ਅੰਦਰੋਂ ਸੋਚ ਜਿਹੜੀ ਮਾੜੀ ਮੋਟੀ ਵੀ ਲੈ ਆਏ ਹੁਣ RSS ਦੀ ਟ੍ਰੇਨਿੰਗ, ਉਹ ਸਾਨੂੰ ਨਹੀਂ ਚਾਹੀਦੀ, ਸਾਡੀ ਕਾਂਗਰਸ ਨੂੰ ਖਰਾਬ ਕਰੂਗੀ, ਇਸ ਕਿਸਮ ਦਾ ਰੌਲਾ ਪਿਆ। ਗੱਲ ਇਹ ਬਿਲਕੁਲ ਠੀਕ ਹੈ, ਐਡੀ ਬੇਸ਼ਰਮੀ ਹੋ ਚੁੱਕੀ ਆ, ਐਡੀ ਲੋਕਾਂ ਦਾ ਬੇਵਕੂ ਸਮਝਦੇ, ਲੋਕਾਂ ਨੂੰ ਬੇਵਕੂ ਬਣਾਉਂਦੇ, ਆਪਸ ਵਿੱਚ ਲੱਗੇ ਹੋਏ ਆ, ਲੋਕਾਂ ਨੂੰ ਤਾਂ ਕੋਈ ਸਮਝਦਾ ਨਹੀਂ। ਮੇਰਾ ਖਿਆਲ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ 2024 'ਚ ਚੋਣਾਂ ਹੋਣੀਆਂ, ਘੱਟੋ ਘੱਟ ਇਹੋ ਜਿਹੇ ਲੋਕਾਂ ਨੂੰ ਤਾਂ ਸਬਕ ਜ਼ਰੂਰ ਸਿਖਾਉਣਾ ਜੀ। ਪ੍ਰੋਫੈਸਰ ਇਹ ਇੱਦਾਂ ਨਹੀਂ ਲੱਗ ਰਿਹਾ ਜਿਵੇਂ ਕਈ ਵਾਰ ਸਰਕਾਰੀ ਜੋਬ 'ਤੇ ਬੰਦਾ ਆਉਂਦਾ, ਮੰਨ ਲਓ ਕਿਸੇ ਇੱਕ ਯੂਨੀਵਰਸਿਟੀ ਵਿੱਚ ਪਹਿਲਾਂ ਉਹ ਪ੍ਰੋਫੈਸਰ ਲੱਗ ਗਏ, ਉਹ ਫਿਰ 2 ਸਾਲ ਲਈ ਵਕੇਟ ਕਰਕੇ ਕਿਤੇ ਹੋਰ ਚਲੇ ਜਾਂਦੇ ਨੇ, ਉਹ ਫਿਰ ਵਾਪਸ ਆ ਜਾਂਦੇ ਨੇ, ਅਤੇ ਹੁਣ ਜਿਵੇਂ ਲੱਗ ਰਿਹਾ ਹੋਊਗਾ ਕਿ ਮੌਜੂਦਾ ਕਾਂਗਰਸ ਵਾਲਿਆਂ ਨੂੰ ਕਿ ਸਾਡੀ ਸੀਨੀਓਰਟੀ ਲਿਸਟ ਦੇ ਵਿੱਚ ਵੀ ਫਰਕ ਪਊਗਾ, ਇਹ ਐਵੇਂ ਨਹੀਂ ਹੋਗਾ ਕਿ ਲੀਏ ਦੇ ਉੱਤੇ ਜੋਬ ਛੱਡ ਕੇ ਚਲੇ ਗਏ ਸੀ ਅਤੇ ਦੁਬਾਰਾ ਫਿਰ ਦਿਲ ਕੀਤਾ ਦੁਬਾਰਾ ਆ ਗਏ। ਇਹ ਦੇਖੋ ਉਹਨਾਂ ਜੋਬ ਦਾ, ਸਰਕਾਰੀ ਦਾ ਅਤੇ ਇਸ ਦਾ ਪੋਲੀਟਿਕਸ ਦਾ ਫਰਕ ਇਹ ਹੈ ਕਿ ਉੱਥੇ ਤੇ ਜੋਬ ਇੱਕ ਫਾਰਮਲ ਪੋਜੀਸ਼ਨ ਆ, ਤੁਸੀਂ ਸਰਕਾਰ ਤੋਂ ਹੀ ਪੈਸਾ ਲੈਣਾ, ਇੱਥੋਂ ਨਹੀਂ ਤੇ ਉੱਥੇ ਲੈ ਲਿਆ, ਉੱਥੋਂ ਵੀ ਸਰਕਾਰ ਦਾ ਪੈਸਾ, ਇੱਥੋਂ ਵੀ ਸਰਕਾਰ ਦਾ ਪੈਸਾ, ਤੇ ਉਹ ਤੇ ਸਗੋਂ ਯੂਨੀਵਰਸਿਟੀਆਂ ਚਾਹੁੰਦੀਆਂ ਕਿ 10% ਫੈਕਲਟੀ ਦੂਜੀ ਜਗ੍ਹਾ ਜਾਵੇ ਤਾਂ ਕਿ ਉੱਥੋਂ ਕੁਝ ਸਿੱਖ ਕੇ ਆਵੇ ਜਾਂ ਆਪਣੇ ਤਜਰਬੇ ਜਿਹੜੇ ਆ ਉੱਥੇ ਉਹਨਾਂ ਨੂੰ ਸਿਖਾ ਕੇ ਆਵੇ ਬੱਚਿਆਂ ਨੂੰ, ਤਾਂ ਕਿ ਇੰਟਰਮਿਕਸਿੰਗ ਹੋਵੇ, ਸ਼ੇਅਰਿੰਗ ਹੋਵੇ। ਇਹ ਉਹ ਤੇ ਕੋਈ ਕਲਾਸ ਹੈ, ਇੱਕੋ ਬਰਾਦਰੀ ਹੈ, ਸਭ ਟੀਚਰ ਆ, ਇੱਥੇ ਪਾਰਟੀਆਂ ਆ, ਪਾਰਟੀਆਂ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਵਫਾਦਾਰੀ। ਜਦੋਂ ਤੁਹਾਡੀ ਵਫਾਦਾਰੀ 'ਤੇ ਸ਼ੰਕਾ ਹੋ ਗਿਆ ਫਿਰ ਤੁਸੀਂ ਜੀਰੋ ਆ, ਮਿੱਟੀ ਆ। ਇਹ ਤਾਂ ਉਹ ਉਸ ਗੱਲ ਦਾ ਇਹਨਾਂ ਨੂੰ ਸਬਕ 'ਤੇ ਸਿਖਾਉਣਾ ਚਾਹੀਦਾ ਕਿ ਤੁਸੀਂ ਆਪਣੀ ਉਸ ਬਾਰੇ ਉਸ ਵੇਲੇ ਬੇਵਫਾਈ ਦਿਖਾ ਕੇ ਜਦ ਤੁਹਾਡੀ ਪੂਰੇ ਸਾਥ ਦੀ ਲੋੜ ਸੀ, ਅਤੇ ਹੁਣ ਜਦੋਂ ਤੁਹਾਨੂੰ ਰਾਹੁਲ ਗਾਂਧੀ ਦੁਬਾਰਾ ਐਸਟੈਬਲਿਸ਼ ਹੁੰਦਾ ਨਜ਼ਰ ਆ ਰਿਹਾ ਤਾਂ ਹੁਣ ਤੁਸੀਂ ਕਹਿੰਦੇ ਆ ਕਿ ਸਾਨੂੰ ਘਰ ਵਾਪਸੀ, ਘਰ ਵਾਪਸੀ, ਉਹ ਕਿਹੜਾ ਘਰ, ਘਰ ਤਾਂ ਛੱਡ ਗਏ ਸੀ ਤੁਸੀਂ, ਘਰ ਦੇ ਤਾਂ ਜੋ 4 ਬਾਲਟੀਆਂ ਜਦੋਂ ਪਾਣੀ ਪਾਉਣ ਦੀ ਲੋੜ ਸੀਗੀ ਜਾਂ ਉਹਨੂੰ ਸਾਂਭਣ ਦੀ ਲੋੜ ਸੀ ਅਤੇ ਜਦੋਂ ਉਹਦੀ ਟੀਪ ਟਾਪ ਕਰਨ ਦੀ ਲੋੜ ਸੀ ਉਦੋਂ ਤੁਸੀਂ ਭੱਜ ਗਏ ਆ, ਹੁਣ ਜਦੋਂ ਘਰ ਸੌਰਿਆ ਸੰਵਾਰਿਆ ਗਿਆ ਹੁਣ ਕਹਿੰਦੇ ਸਾਨੂੰ ਵੀ ਇਸ ਕੁਰਸੀ ਡਾਹ ਦਿਓ ਇੱਥੇ। ਇਹ ਨਹੀਂ ਗੱਲ, ਇਹ ਤਾਂ ਬਹੁਤ ਮਾੜੀ ਗੱਲ ਹੈ, ਅਤੇ ਕਾਂਗਰਸੀਆਂ ਨੂੰ ਜੋ ਵਿਰੋਧ ਹੋ ਰਿਹਾ, ਰੋਸ ਹੋ ਰਿਹਾ, ਬਿਲਕੁਲ ਹੋਣਾ ਚਾਹੀਦਾ। ਪਰ ਮੈਂ ਨਾਲ ਹੀ ਦੱਸ ਦਿਆਂ ਇਹ ਗੱਲ, ਇਹੀ ਹਾਲਤ ਬਿਲਕੁਲ ਸੁਨੀਲ ਜਾਖੜ ਦੇ ਆਉਣ ਦੇ ਨਾਲ BJP ਦੀ ਆ ਪੰਜਾਬ ਦੇ ਵਿੱਚ, ਤੇ ਇਹੀ ਹਾਲਤ ਕਾਂਗਰਸ ਦੀ ਵੀ ਆ, ਕਿਉਂਕਿ ਰੰਧਾਵਾ, ਸੁਖੀ ਰੰਧਾਵਾ ਜਿਹਨਾਂ ਨੂੰ ਕਹਿੰਦੇ ਸੁਖਜਿੰਦਰ ਸਿੰਘ ਰੰਧਾਵਾ, ਉਹ ਕਹਿੰਦੇ ਕਿ ਆਉਣ ਦਿਓ, ਤੇ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਆ ਖਬਰਦਾਰ। ਇਹ ਹੁਣ ਇਹਦੇ ਚੋਂ ਕੀ ਰਿਜ਼ਲਟ ਨਿਕਲੂਗਾ ਇਹ ਵੇਖਦੇ ਹਾਂ ਆਉਣ ਵਾਲੇ ਸਮੇਂ 'ਚ। ਬਹੁਤ ਬਹੁਤ ਧੰਨਵਾਦ ਪ੍ਰੋਫੈਸਰ, ਇਹ ਸਨ ਅੱਜ ਦੇ ਮੁੱਦੇ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਨਵੇਂ ਮੁੱਦੇ ਲੈ ਕੇ ਆਵਾਂਗੇ, ਉਦੋਂ ਤੱਕ ਬਣੇ ਰਹਿਣ ਲਈ ਧੰਨਵਾਦ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਂਸ਼ੀ TV, ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ, ਦਬਾਓ ਬੈਲ ਆਈਕਨ
ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਂਸ਼ੀ ਟੀਵੀ।